ਬਹੁਤਾ ਪਿਆਰਾ ਮੈਨੂੰ ਤੂੰ ਵਹਿ ਲਗੇ ਸਿੰਘ ਜੀ ਬਹੁਤਾ ਪਿਆਰਾ ਮੈਨੂੰ ਤੂੰ ਵਹਿ ਲਗੇ ਸਿੰਘ ਜੀ ਤੇ ਤੈ ਪਿਆਰੀ ਤੇਰੇ ਮਾਂ ਵੇ ਜਦ ਤੂੰ ਨਹੀਂ ਹੁੰਦਾ ਹੱਥਾਂ ਦੇ ਕਰਦੀ ਏ ਸ਼ਾਂ ਵੇ ਜਦ ਤੂੰ ਨਹੀਂ ਹੁੰਦਾ ਹੱਥਾਂ ਦੇ ਕਰਦੀ ਏ ਸ਼ਾਂ ਤੁਹਾਨੂੰ ਕੀ ਜ਼ਰੂਰਤ ਪਈ ਇਸ ਕਿਤਾਬ ਨੂੰ ਸਾਹਿਤ ਔਰ ਸਭਿਆਚਾਰ ਜਿਹੜੇ ਪ੍ਰੇਮੀ ਹੈ ਉਹਨਾਂ ਦੇ ਲਈ ਜ਼ਰੂਰੀ ਹੈ ਆਉਣੀ ਚਾਹੀਦੀ ਹੈ ਤੇ ਇਹ ਸਫ਼ਰ ਜਿਹੜਾ ਮੇਰਾ ਆ ਬਹੁਤ ਲੰਬਾ ਸੀ ਵੈਸੇ ਤਾਂ ਬਚਪਨ ਤੋਂ ਲੈ ਕੇ ਮੈਨੂੰ ਗਿੱਧਿਆਂ ਦੇ ਨਾਲ ਇੰਨਾ ਕਿ ਜ਼ਿਆਦਾ ਐ ਬਹੁਤ ਜ਼ਿਆਦਾ ਮੈਨੂੰ ਪਿਆਰ ਸੀ ਤਰਤੇ ਨੱਚੇ ਅੰਬਰ ਨੱਚੇ ਤਰਤੇ ਨੱਚੇ ਅੰਬਰ ਨੱਚੇ ਕੈਰਾਲਾ ਕਹਿਲਾਵੇ ਨੱਚਦੀ ਬੋਲਣ ਦਾ ਲੌਂਗ ਬੋਲੀਆਂ ਪਾਵੇ ਨੱਚਦੀ ਮਿਲਣ ਦਾ ਲੌਂਗ ਬੋਲੀਆਂ ਪਾਵੇ ਨੱਚਦੀ ਮਿਲਣ ਦਾ ਮੈਂ ਉਹਨਾਂ ਗਿੱਦਿਆਂ ਦੇ ਵਿੱਚ ਵੀ ਬਹੁਤ ਲੰਬਾ ਸਮਾਂ ਪਾਰਟਿਸਿਪੇਟ ਕੀਤਾ ਪਿੰਗਾ ਛੁੱਟੀਆਂ ਮੈਂ ਪਿੰਡੂ ਜੀਵਨ ਨੂੰ ਬਹੁਤ ਸੋਹਣੇ ਤੰਦਲ ਮੈਂ ਇੰਜੋਏ ਕੀਤਾ ਉੱਥੇ ਵੀ ਮੈਂ ਗੱਲ ਸਾਰਿਆਂ ਦੇ ਨਜ਼ਰ ਕੀਤੀ ਐ ਵੀ ਇਹ ਨਹੀਂ ਕਿ ਇੱਕੋ ਹੀ ਪੈੜਚਾਲ ਤੇ ਸਾਰੀਆਂ ਬੋਲੀਆਂ ਪਾ ਦਿੱਤੀਆਂ ਜਾਣ ਹੂੰ ਉਹਦੇ ਨਾਲ ਜਿਹੜਾ ਵੈਰਾਈਟੀ ਆਫ ਐਕਸ਼ਨ ਹੈ ਉਹ ਨਹੀਂ ਆਵੇਗਾ ਬਿਲਕੁਲ ਸੋ ਹਰ ਬੋਲੀ ਦਾ ਜਿਹੜਾ ਨਵਿਕਲਾ ਐਕਸ਼ਨ ਹੈ ਉਹ ਜ਼ਰੂਰੀ ਹੈ ਉਹ ਬੋਲੀਆਂ ਇਹੋ ਜਿਹਾਂ ਚੋਸ ਕੀਤੀਆਂ ਜਾਣ ਜਿਦੇ ਵਿੱਚ ਵਿੱਚ ਪੂਰੇ ਦਾ ਪੂਰਾ ਪੰਜਾਬੀ ਸੱਭਿਆਚਾਰ ਵੀ ਆ ਜਾਵੇ ਜਾ ਕੁੜੀਏ ਤੂੰ ਪਤਾ ਤੋੜ ਲਿਆ ਜਾ ਕੁੜੀਏ ਤੂੰ ਪਤਾ ਤੋੜ ਲਿਆ ਟਾਣੀ ਨੂੰ ਹੱਥ ਪਾ ਕੇ ਨਹੀਂ ਟਾਣੀ ਤਾਂ ਤੇਰੇ ਹੱਥ ਵਿੱਚ ਰਹਿ ਗਈ ਟਾਣੀ ਤਾਂ ਤੇਰੇ ਹੱਥ ਵਿੱਚ ਰਹਿ ਗਈ ਬੈ ਗਈ ਟੰਗ ਤੜਵਾ ਕੇ ਨਹੀਂ ਨਾ ਤੇਰੇ ਨੂੰ ਖਬਰਾਂ ਹੋ ਗਈਆਂ ਮੱਪਿਆ ਤੇ ਰਿਆ ਨੋਂ ਖਬਰਾਂ ਹੋ ਗਈਆਂ ਲੈ ਗੱਡੀ ਵਿੱਚ ਪਾ ਕੇ ਨੱਚ ਗੁਰ ਨਾਮ ਕੁਰੇ ਚੰਦਰ ਨੂੰ ਛੰਕਾ ਕੇ ਨੱਚ ਗੁਰ ਨਾਮ ਕੁਰੇ ਚੰਦਰ ਨੂੰ ਛੰਕਾ ਕੇ ਨੱਚ ਗੁਰ ਨਾਮ ਕੁਰੇ ਵਾਹ ਤਾਂ ਇਹ ਤਾਂ ਇਹ ਤਾਂ ਇਹ ਧਰਤੀ ਪੁੱਟ ਸੁੱਟੀਏ ਅਸੀਂ ਜਿੱਥੇ ਮੇਲਣਾ ਜਾਈਏ ਵਾਕਈ ਤੀਆਂ ਧਿਆਣੀਆਂ ਜਿਸ ਵੀ ਧਰਤੀ ਤੇ ਜਾਨ ਉਸ ਧਰਤੀ ਨੂੰ ਆਵਾਜ਼ ਕਰ ਦਿੰਦੀਆਂ ਨੇ ਕਹਿਣ ਨੂੰ ਤਾਂ ਧਰਤੀ ਅੱਧੀ ਐ ਅੱਧੀ ਦੁਨੀਆ ਅੰਬਰ ਪੂਰਾ ਐ ਪਰ ਅੰਬਰ ਵਿੱਚਲੇ ਸਾਰੇ ਤਾਰੇ ਆਪਣੇ ਝੋਲੀ 'ਚ ਪਾ ਲੈਣੇ ਹਰ ਕਿਸੇ ਦੇ ਹਿੱਸੇ ਨਹੀਂ ਆਉਂਦਾ ਆਪਣੇ ਹਿੱਸੇ ਦੇ ਤਾਰੇ ਆਪ ਤੋੜਨੇ ਪੈਂਦੇ ਨੇ ਬਹੁਤ ਘਟ ਹੁੰਦੀਆਂ ਨੇ ਉਹ ਧੀਆਂ ਧਿਆਣੀਆਂ ਜਿਨ੍ਹਾਂ ਨੂੰ ਤਾਰੇ ਆਪਣੇ ਆਪ ਉਹਨਾਂ ਦੀ ਝੋਲੀ ਚ ਆ ਜਾਂਦੇ ਨੇ ਬਹੁਤ ਕੁਸ਼ ਆਪਣੀ ਜ਼ਿੰਦਗੀ ਦਾ ਮੁਕਾਮ ਹਾਸਲ ਕਰਨ ਲਈ ਉਹ ਜਿਹੜੇ ਰਾਹਾਂ ਤੇ ਤੁਰਨਾ ਪੈਂਦਾ ਆਪਣੇ ਪੈਰ ਜਮਾਉਣੇ ਪੈਂਦੇ ਨੇ ਅਜਿਹੀ ਹੀ ਇੱਕ ਖਾਸ ਮਹਿਮਾਨ ਤੁਸੀਂ ਸਾਡਾ ਅੱਜ ਕਿਉਂਕਿ ਅੱਜ ਏ ਸਟਾਰ ਕੈਨੇਡਾ ਦਾ ਅੱਧੀ ਟਰਟੀ ਪੂਰਾ ਅੰਮਰ ਪ੍ਰੋਗਰਾਮ ਦੇਖ ਰਹੇ ਹੋ ਇਸ ਪ੍ਰੋਗਰਾਮ ਦੇ ਸਾਡੇ ਖਾਸ ਮਹਿਮਾਨ ਨੇ ਹਰਪਰਜਨ ਕਾਟੀਲੋਂ ਇਹਨਾਂ ਦੀ ਖਾਸੀਅਤ ਬਾਰੇ ਦੱਸਦੀਆਂ ਇਹਨਾਂ ਨੂੰ ਅਸੀਂ ਜੀ ਗਿੱਧਿਆਂ ਦੀ ਰਾਣੀ ਕਹੀਏ ਤਾਂ ਕੋਈ ਅਕਤ ਨਹੀਂ ਨਹੀਂ ਹੋਏਗੀ ਇਹਨਾਂ ਦੇ ਪੈਰ ਭਾਵੇਂ ਗਿੱਧੇ ਦੀ ਪੜਚ ਧੂਮ ਪਾਉਂਦੇ ਨੇ ਪਰ ਨਾਲੋਂ ਨਾਲ ਇਹਨਾਂ ਨੇ ਸਾਹਿਤ ਅਤੇ ਸਭਿਆਚਾਰ ਦੀ ਝੋਲੀ 'ਚ ਇੱਕ ਬਹੁਤ ਹੀ ਖੂਬਸੂਰਤ ਕਿਤਾਬ ਉਹ ਵੀ ਝੋਲੀ ਪਾਈ ਹੈ ਉਹਦਾ ਨਾਮ ਹੈ ਗਿੱਧਾ ਤੇ ਇਸ ਦੀ ਪੇਸ਼ਕਾਰੀ ਇਸ ਕਿਤਾਬ ਰਾਹੀਂ ਆਪਾਂ ਇਹਨਾਂ ਤੋਂ ਪੁੱਛਣ ਦੀ ਕੋਸ਼ਿਸ਼ ਕਰਾਂਗੇ ਕਿ ਆਖਰ ਇਹ ਕਿਤਾਬ ਸਾਹਿਦ ਦੀ ਝੋਲੀ 'ਚ ਕਿਉਂ ਕਿਵੇਂ ਤੇ ਕਿਹੜੇ ਸੰਘਰਸ਼ਾਂ ਨਾਲ ਆਈ ਤੇ ਇਹਨਾਂ ਨੇ ਵੀ ਜ਼ਿੰਦਗੀ ਦੇ ਥਪੇੜਿਆਂ ਨੂੰ ਸਹੰਦੇ ਆ ਕਿਵੇਂ ਜ਼ਿੰਦਗੀ 'ਚ ਇਹ ਮੁਕਾਮ ਹਾਸਲ ਕੀਤਾ ਕਿਉਂਕਿ ਪਹਿਲਾਂ ਤਾਂ ਇਹ ਗਿੱਦਿਆਂ ਦੇ ਪੜਚ ਜਦੋਂ ਇਹਨਾਂ ਦੀ ਸ਼ੁਰੂਆਤ ਹੁੰਦੀ ਹੈ ਛੋਟੇ ਛੋਟੇ ਪੈਰ ਗਿੱਦਿਆਂ ਦੇ ਪੜਚ ਜਦੋਂ ਨੱਚਦੇ ਆ ਫਿਰ ਜਵਾਨੀ ਵਾਲ ਵਾਦਦੇ ਆ ਤੇ ਹੁਣ ਅੱਜ ਆਪਣੀ ਉਮਰ ਦੇ ਉਸ ਮੁਕਾਮ ਤੇ ਆ ਜਦੋਂ ਉਹ ਸਟੇਜਾਂ ਤੇ ਜਦੋਂ ਸਾਹਮਣੇ 3 ਧਿਆਣੀਆਂ ਗਿੱਧਾ ਪਾ ਰੀਆਂ ਹੁੰਦੀਆਂ ਤਾਂ ਉਹਨਾਂ ਦੀ ਜੱਜਮੈਂਟ ਵੀ ਕਰਦੇ ਨੇ ਸੋ ਇਹਨਾਂ ਦੇ ਇਹਨਾਂ ਦਾ ਪਹਿਲਾਂ ਅਸੀਂ ਸਵਾਗਤ ਕਰਦੇ ਹਾਂ ਫਿਰ ਅਸੀਂ ਇਹਨਾਂ ਤੋਂ ਸਵਾਲਾਂ ਦੇ ਰੂਬਰੂ ਵੀ ਹੁੰਨੇ ਆ ਇਹ ਇਸ ਮੁਕਾਮ ਤੱਕ ਕਿਵੇਂ ਪਹੁੰਚੇ ਸੋ ਹਰ ਭਜਨ ਦੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਬਹੁਤ-ਬਹੁਤ ਧੰਨਵਾਦ ਜੀ ਸ਼ੁਕਰੀਆ ਅਸੀਂ ਤਾਂ ਪਹਿਲਾਂ ਗੱਲ ਤਾਂ ਅਸੀਂ ਵੈਸੇ ਸ਼ੁਰੂ ਕਰਦੇ ਹੁੰਨੇ ਆ ਕਿ ਕੋਈ ਵੀ ਜਦੋਂ ਵਿਅਕਤੀ ਹੈ ਕੋਈ ਸ਼ਖਸੀਅਤ ਹੈ ਜਦੋਂ ਆਪਣਾ ਮੁਕਾਮ ਹਾਸਲ ਕਰਦਾ ਹੈ ਜ਼ਰੂਰੀ ਨਹੀਂ ਹੁੰਦਾ ਹਰੇਕ ਨੂੰ ਥਾਲੀ ਚ ਪਰੋਸ ਕੇ ਉਹ ਸਫਰ ਮਿਲੇ ਬੜਿਆ ਕੁਝ ਕਲਨਾ ਕਰਨੀ ਪੈਂਦੀ ਹੈ ਅਸੀਂ ਸ਼ੁਰੂਆਤ ਪਰ ਤੁਹਾਡੇ ਬਚਪਨ ਤੋਂ ਨਾ ਕਰਕੇ ਪਹਿਲਾਂ ਕਰਦੇ ਹਾਂ ਵੀ ਜਿਹੜੀ ਤੁਸੀਂ ਇਹ ਕਿਤਾਬ ਹੈ ਗਿੱਧਾ ਤੇ ਇਸ ਦੀ ਪੇਸ਼ਕਾਰੀ ਹਾਂਜੀ ਹਾਂਜੀ ਤੁਹਾਨੂੰ ਕੀ ਜ਼ਰੂਰਤ ਪਈ ਵੀ ਇਸ ਕਿਤਾਬ ਨੂੰ ਸਾਹਿਤ ਔਰ ਸਭਿਆਚਾਰ ਜਿਹੜੇ ਪ੍ਰੇਮੀ ਆ ਉਹਨਾਂ ਦੇ ਲਈ ਜ਼ਰੂਰੀ ਹੈ ਆਉਣੀ ਚਾਹੀਦੀ ਹੈ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਜੀ ਤੇ ਇਹ ਸਫਰ ਜਿਹੜਾ ਮੇਰਾ ਆ ਬਹੁਤ ਲੰਬਾ ਸੀ ਵੈਸੇ ਤਾਂ ਬਚਪਨ ਤੋਂ ਲੈ ਕੇ ਮੈਨੂੰ ਗਿੱਧਿਆਂ ਦੇ ਨਾਲ ਇੰਨਾ ਕੁ ਜ਼ਿਆਦਾ ਅ ਬਹੁਤ ਜ਼ਿਆਦਾ ਮੈਨੂੰ ਪਿਆਰ ਸੀ ਤੇ ਮੈਂ ਆਪਣੇ ਬਚਪਨ ਵਿੱਚ ਕਿੱਦਾਂ ਪਾਉਂਦੀ ਛੋਟੀ ਉਮਰੇ ਕਿੱਦਾਂ ਪਾਉਂਦੀ ਪਾਉਂਦੀ ਵੱਡੀ ਹੋਈ ਤੇ ਜਦੋਂ ਮੈਂ ਇਸ ਪੜਦੇ ਸਮੇਂ ਮੈਂ 올 ਇੰਡੀਆ ਫੈਸਟੀਵਲ ਇੱਕ ਹੋਇਆ ਸੀ ਲਖਨਊ ਉਹਦੇ ਵਿੱਚ ਮੇਰੀ ਸਿਲੈਕਸ਼ਨ ਹੋ ਗਈ ਉਹ ਇਨਾ ਵਧੀਆ ਗਿੱਧਾ ਸੀ ਉਸ ਦੀ ਬੜਾ ਹੀ ਉਸ ਨੂੰ ਮਾਣ ਸਨਮਾਨ ਮਿਲਿਆ ਕਿ ਇਨਾ ਵਧੀਆ ਵੀ ਕੋ ਗਿੱਧਾ ਹੋ ਸਕਦਾ ਉਸ ਗਿੱਧੇ ਦੀ ਸਾਰੀ ਤਿਆਰੀ ਹੋਸਟਲ ਦੇ ਵਿੱਚ ਮੈਂ ਹੀ ਲੜਕੀਆਂ ਨੂੰ ਕਰਾਈ ਸੀ ਤੇ ਮੇਰਾ ਹੀ ਉਦੋਂ ਤੁਸੀਂ ਕਿਹੜੇ ਅਸੀਂ ਉਦੋਂ ਮੈਂ ਜੀਬੀਟੀ ਕਰ ਰਹੀ ਸੀ ਜੀ ਫਰੀਦਕੋਟ ਵਿੱਚ ਫਰੀਦਕੋਟ ਵਿੱਚ ਤੇ ਉਸ ਤੋਂ ਪਹਿਲਾਂ ਮੈਂ ਸਕੂਲਾਂ ਦੀਆਂ ਸਟੇਜਾਂ ਤੇ ਗਿੱਧਾ ਪਾ ਚੁੱਕੀ ਸੀ ਤੇ ਜਿਹੜੇ ਪਿੰਡ ਦੇ ਸੀ ਪਰੰਪਰਾਗਤ ਗਿੱਧੇ ਪਿੰਡਾਂ ਦੇ ਵਿਹੜਿਆਂ ਵਿੱਚ ਨੱਚੇ ਜਾਂਦੇ ਸੀ ਤੀਆਂ ਵੇਲੇ ਪਿੰਡ ਦੇ ਬਾਰ-ਬਾਰ ਪਿਪਲਾ ਬੋੜਾਂ ਦੀ ਸ਼ਾਮੇ ਜਿਹੜੇ ਗਿੱਧੇ ਨੱਚੇ ਜਾਂਦੇ ਸੀ ਮੈਂ ਉਹਨਾਂ ਗਿੱਧਿਆਂ ਦੇ ਵਿੱਚ ਵੀ ਬਹੁਤ ਲੰਬਾ ਸਮਾਂ ਪਾਰਟਿਸਿਪੇਟ ਕੀਤਾ ਪਿੰਗਾ ਝੋਟੀਆਂ ਪਿੰਡੋ ਜੀਵਨ ਨੂੰ ਬਹੁਤ ਸੋਹਣੇ ਢੰਗ ਨਾਲ ਮੈਂ ਇੰਜੋਏ ਕੀਤਾ ਬਹੁਤ ਮਾਣਿਆ ਤੇ ਉਹਦੇ ਵਿੱਚੋਂ ਮੈਂ ਸਿੱਖਿਆ ਵੀ ਬਹੁਤ ਕੁਝ ਹੁਣ ਜਦੋਂ ਮੇਰੀ ਇੱਥੇ ਸਿਲੈਕਸ਼ਨ ਹੋਈ ਉਸੇ ਦੀ ਬਦੌਲਤ ਉਹ ਜਿਹੜਾ ਪਰੰਪਰਾਕਤ ਗਿੱਧੇ ਨੱਚਣ ਵਾਲੀਆਂ ਔਰਤਾਂ ਸੀ ਪਿੰਡਾਂ ਦੀਆਂ ਉਹਨਾਂ ਨੂੰ ਹੀ ਇਸ ਦਾ ਕ੍ਰੈਡਿਟ ਜਾਂਦਾ ਸਾਰਿਆਂ ਨੂੰ ਉਹਨਾਂ ਤੋਂ ਮੈਂ ਸਿੱਖ ਕੇ ਤੇ ਇਸ ਗਿੱਧੇ ਵਾਸਤੇ ਸਿਲੈਕਟ ਹੋਈ ਉਸ ਤੋਂ ਬਾਅਦ ਫਿਰ ਮੇਰਾ ਰੁਝਾਨ ਜਿਹੜਾ ਸੀ ਗਿੱਧੇ ਵੱਲ ਹੋਰ ਬਣਦਾ ਗਿਆ ਹੋਰ ਬਣਦਾ ਗਿਆ ਉਹ ਤਾਂ 올 ਇੰਡੀਆ ਫੈਸਟੀਵਲ ਚ ਮੈਂ ਪਹਿਲੀ ਪੋਜੀਸ਼ਨ ਮੇਰੀ ਟੀਮ ਨੇ ਹਾਸਲ ਕੀਤੀ ਉਸ ਤੋਂ ਬਾਅਦ ਪੰਜਾਬ ਪੱਦਰ ਦਾ ਜਿਹੜਾ ਹੋਇਆ ਸਾਡਾ ਮੁਕਾਬਲਾ ਉਹਦੇ ਵਿੱਚੋਂ ਵੀ ਫਰਸਟ ਇਨਾਮ ਜਿਹੜਾ ਸੀ ਪਹਿਲੀ ਪੋਜੀਸ਼ਨ ਸਾਡੀ ਟੀਮ ਨੂੰ ਮਿਲੀ ਜੀ ਤੇ ਉਹਦੇ ਵਿੱਚੋਂ ਮੈਨੂੰ ਵੀ ਪਹਿਲੀ ਪੋਜੀਸ਼ਨ ਮਿਲੀ ਮਤਲਬ ਐਸ ਬੈਸਟ ਡਾਂਸਰ ਸੋ ਉਸ ਤੋਂ ਬਾਅਦ ਮੇਰਾ ਇੱਧਰ ਟ੍ਰੇਨਿੰਗ ਤੋਂ ਬਾਅਦ ਮੈਂ ਟੀਚਿੰਗ ਜੌਬ ਜੜੀ ਸੀ ਉਹ ਜੋਇਨ ਕੀਤੀ ਨੀਅਰ ਮੁਖਤਸਰ ਭਗਤ ਸਰਸੀ ਪਿੰਡ ਉੱਥੇ ਮੈਂ ਪੰਜਾਬੀ ਦੀ ਅਧਿਆਪਕਾ ਜੜੀ ਸੀ ਸਿਲੈਕਟ ਹੋਈ ਗਵਰਨਮੈਂਟ ਵੱਲੋਂ ਤੇ ਮੈਂ ਨੌਕਰੀ ਕਰਨ ਲੱਗੀ ਉੱਥੋਂ ਤੱਕ ਸਭ ਠੀਕ ਚੱਲ ਰਿਹਾ ਸੀ ਮਾਪੇ ਦਾ ਹੱਥ ਹੁੰਦਾ ਹੈ ਸਿਰ ਤੇ ਤੇ ਪੈਣਾ ਭਰਾਵਾਂ ਦੀ ਸਪੋਰਟ ਹੁੰਦੀ ਹੈ ਪੜ੍ਹੀ ਲਿਖੀ ਅੱਛੀ ਫੈਮਿਲੀ ਸੀ ਤੇ ਬਹੁਤ ਵਧੀਆ ਰਿਹਾ ਮੇਰਾ ਉੱਥੋਂ ਤੱਕ ਦਾ ਸੰਘਰਸ਼ ਉਸ ਤੋਂ ਬਾਅਦ ਸ਼ਾਦੀ ਹੋਣ ਤੋਂ ਬਾਅਦ ਮੇਰੇ ਪਤੀ ਜਿਹੜੇ ਸੀ ਉਹ ਇਸ ਯੂਥ ਵੈਲਫੇਅਰ ਦੇ ਡਾਇਰੈਕਟਰ ਨਿਯੁਕਤ ਹੋ ਗਏ ਅੱਛਾ ਅੱਛਾ ਉਸ ਤੋਂ ਬਾਅਦ ਮੈਨੂੰ ਲੱਗਿਆ ਵੀ ਮੇਰਾ ਤਾਂ ਇਹ ਜਿਹੜਾ ਸੀ ਜਿਵੇਂ ਕਹਾਵਤ ਹੈ ਨਾ ਕਿ ਸ਼ੱਕਰ ਖਾਣ ਵਾਲੇ ਨੂੰ ਜਿਹੜਾ ਸੀ ਉਹ ਸ਼ੱਕਰ ਮਿਲ ਹੀ ਜਾਂਦੀ ਹੈ ਚੱਕਰ ਖੋਰੀ ਨੂੰ ਸ਼ੱਕਰ ਮਿਲ ਹੀ ਜਾਂਦੀ ਹੈ ਉਹ ਹੀ ਹੋ ਗਿਆ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਮੈਂ ਇਹ ਗਿੱਧੇ ਵੇਖਣੇ ਫੈਸਟੀਵਲ ਕੋਲ ਜਾਂਦੇ ਨਾਲ ਜਾਣਾ ਆਪਣੇ ਪਤੀ ਦੇ ਉਹ ਮੈਂ ਗਿੱਧੇ ਜਿਹੜੇ ਦੇਖੇ ਉਹਦੇ ਚੋਂ ਫਿਰ ਮੈਨੂੰ ਲੱਗਿਆ ਵੀ ਇੰਨਾ ਗਿੱਧਿਆਂ ਦੇ ਵਿੱਚ ਨਾ ਕੋਈ ਕਮੀ ਆ ਰਹੀ ਹੈ ਜਿਹੜੇ ਉਹ ਪਰੰਪਰਾਗਤ ਗਿੱਧੇ ਸੀ ਉਹਦੇ ਵਰਗੇ ਇਹ ਗਿੱਧੇ ਨਹੀਂ ਹੈਗੇ ਤੇ ਇਹਨਾਂ ਦੇ ਵਿੱਚ ਕੁਝ ਮਿਲਾਵਟ ਹੋ ਰਹੀ ਹੈ ਜਿਹੜੀ ਕਿ ਵਾਜਬ ਨਹੀਂਗੀ ਚਲੋ ਸਟੇਜੀਕਰਨ ਹੋਣ ਨਾਲ ਉਹਨਾਂ ਗਿੱਧਿਆਂ ਦਾ ਸਟੇਜਾਂ ਤੇ ਆਉਣ ਨਾਲ ਕੁਝ ਤਾਂ ਤਬਦੀਲੀ ਆਉਣੀ ਲਾਜ਼ਮੀ ਹੈ ਪਰ ਕੁਝ ਜਿਹੜੀ ਅਨਸੈਸਰੀ ਤਬਦੀਲੀ ਹੈ ਜਿਵੇਂ ਮੈਂ ਉਦਾਹਰਨ ਵਜੋਂ ਦਵਾਂਗੀ ਵੀ ਜਿਵੇਂ ਉਹ ਕਿੱਦੇ ਨੱਚੇ ਜਾਂਦੇ ਸੀ ਉਹ ਘਗਰੀ ਪੇੜ ਵਿੱਚ ਨੱਚੇ ਜਾਂਦੇ ਸੀ ਗੋਲ ਦਾਰੇ ਵਿੱਚ ਨੱਚੇ ਜਾਂਦੇ ਸੀ ਤੇ ਉਹਦੇ ਚ ਹਰ ਏਜ ਦੀਆਂ ਔਰਤਾਂ ਹੁੰਦੀਆਂ ਸੀ ਭਾਬੀਆਂ ਪਰਜਾਈਆਂ ਦਾਦੀ ਨਾਨੀ ਮਾਂ ਇੱਥੇ ਇੱਕ ਹੀ ਏਜ ਗਰੁੱਪ ਹੋਵੇਗਾ ਇੱਕੋ ਜਿਹੀਆਂ ਲੜਕੀਆਂ ਹੋਣਗੀਆਂ ਕਿਉਂਕਿ ਸਕੂਲਾਂ ਕਾਲਜਿਆਂ ਦੀਆਂ ਲੜਕੀਆਂ ਨੇ ਉਹਨਾਂ ਦਾ 2-3 ਸਾਲਾਂ ਦਾ ਆਪਸ ਵਿੱਚ ਫਰਕ ਹੋਵੇਗਾ ਤੇ ਉਹ ਟੀਮ ਨੂੰ ਇਦਾਂ ਪਾਲਿਸ਼ ਵੀ ਕੀਤਾ ਜਾਂਦਾ ਹੈ ਫਿਰ ਇਹ ਜਿਹੜਾ ਕਿੱਦਾਂ ਸੀ ਇਹ ਸੈਮੀ ਸਰਕਲ ਵਿੱਚ ਨੱਚਿਆ ਜਾਏਗਾ ਕਿਉਂਕਿ ਇੱਥੇ ਆਡੀਅנס ਨੇ ਵੇਖਣਾ ਹੁੰਦਾ ਹੈ ਹੈ ਨਾ ਬਿਲਕੁਲ ਤੇ ਇਹ ਤਬਦੀਲੀ ਦਾ ਵਾਜਬ ਸੀ ਪਰ ਜਿਹੜੀਆਂ ਬੋਲੀਆਂ ਘੜ ਕੇ ਕੱਚੀਆਂ ਪੱਕੀਆਂ ਬੋਲੀਆਂ ਪਾਉਣੀਆਂ ਜਾਂ ਉਹਨਾਂ ਦਾ ਫੁੱਟਵਰਕ ਠੀਕ ਨਾ ਹੋਣਾ ਉਹ ਮੈਨੂੰ ਗਵਾਰਾ ਨਹੀਂ ਸੀ ਬੋਲੀਆਂ ਦੇ ਵਿੱਚ ਇਲਾਵਾ ਫਿਰ ਬਦਲ ਕੇ ਫੁੱਟਵਰਕ ਸੀ ਜਿਹੜਾ ਉਹ ਪੂਰਾ ਨਹੀਂ ਸੀ ਆ ਰਿਹਾ ਜਿਸ ਤਰ੍ਹਾਂ ਹਰ ਬੋਲੀ ਦਾ ਜਿਹੜਾ ਆ ਫੁੱਟਵਰਕ ਹੈ ਪੈੜਸਾਲ ਹੈ ਉਹ ਆਪਣੀ ਨਵਿਕਲੀ ਹੈ ਹੂੰ ਇਹ ਮੈਨੂੰ ਅੱਜ ਵੀ ਗਿਲਾ ਹੈ ਹੁਣ ਵੀ ਮੈਂ ਕਹਿ ਕੇ ਹਟੀਆਂ ਕੱਲ ਪਰਸੋ ਮੈਨੂੰ ਅਵਾਰਡ ਦਿੱਤਾ ਗਿਆ ਇੱਥੇ ਉੱਥੇ ਵੀ ਮੈਂ ਗੱਲ ਸਾਰਿਆਂ ਦੇ ਨਜ਼ਰ ਕੀਤੀ ਹੈ ਵੀ ਇਹ ਨਹੀਂ ਕਿ ਇੱਕੋ ਹੀ ਪੈੜਚਾਲ ਤੇ ਸਾਰੀਆਂ ਬੋਲੀਆਂ ਪਾ ਦਿੱਤੀਆਂ ਜਾਣ ਹੂੰ ਉਹਦੇ ਨਾਲ ਜਿਹੜਾ ਵੈਰੈਟੀ ਆਫ ਐਕਸ਼ਨ ਹੈ ਉਹ ਨਹੀਂ ਆਵੇਗਾ ਬਿਲਕੁਲ ਸੋ ਹਰ ਬੋਲੀ ਦਾ ਜਿਹੜਾ ਨਵਿਕਲਾ ਐਕਸ਼ਨ ਹੈ ਉਹ ਜ਼ਰੂਰੀ ਹੈ ਉਹ ਬੋਲੀਆਂ ਇਹੋ ਜਿਹਾਂ ਚੂਜ਼ ਕੀਤੀਆਂ ਜਾਣ ਜਿਦੇ ਵਿੱਚ ਪੂਰੇ ਦਾ ਪੂਰਾ ਪੰਜਾਬੀ ਸੱਭਿਆਚਾਰ ਵੀ ਆ ਜਾਵੇ ਕਿਉਂਕਿ ਕਿੱਦਾਂ ਉੱਥੇ ਮੁਕਾਬਲੇ ਦਾ ਕਿੱਦਾਂ ਤੇ 10 ਮਿੰਟ ਲਈ ਪੈਣਾ ਬਿਲਕੁਲ 10-12 ਮਿੰਟ ਲਈ ਕਿਉਂਕਿ ਇੰਨਾ ਲੰਬਾ ਚੌੜਾ ਤਾਂ ਉਹਦੇ ਚ ਬਿਲਕੁਲ ਕਿਉਂਕਿ ਕਾਫੀ ਟੀਮਾਂ ਹੁੰਦੀਆਂ ਨੇ ਆਉਣਾ ਸਭੇ ਪਾਰਟਿਸਪੀਕੇਟ ਹਾਂ ਜੀ ਹਾਂ ਜੀ ਕਿਉਂਕਿ ਉੱਥੇ ਨਹੀਂ ਉੱਥੇ ਰੂਲ ਚ ਹੀ ਹੈ ਜੇ 10 ਤੋਂ 12 ਮਿੰਟ ਜਾਂ ਕਿਤੇ 11 ਤੋਂ 12 ਮਿੰਟ ਇਦਾਂ ਰੂਲ ਦੇ ਵਿੱਚ ਹੀ ਹੈ ਰੂਲ ਅਮੈਂਡਮੈਂਟ ਹੋਈ ਸੋ ਜੇਕਰ ਅਸੀਂ ਉਹ ਉਹਨਾਂ ਗਿੱਧਿਆਂ ਦੇ ਵਿੱਚ ਸਾਰੇ ਪੰਜਾਬੀ ਕਲਚਰ ਲਿਓਣਾ ਹੈ ਤੇ ਉਹਦੇ ਵਿੱਚ ਸਾਨੂੰ ਬੋਲੀਆਂ ਦੀ ਜਿਹੜੀ ਸਿਲੈਕਸ਼ਨ ਹੈ ਉਹ ਵੀ ਇਦਾਂ ਕਰਨੀ ਪਵੇਗੀ ਜਿਵੇਂ ਲਾਗੀਆਂ ਕੰਮੀਆਂ ਨਾਲ ਸੰਬੰਧਤ ਵੀ ਬੋਲੀਆਂ ਨੇ ਸਾਡੀਆਂ ਮਾਤਾ ਨਾਲ ਪਿਤਾ ਨਾਲ ਸੰਬੰਧਤ ਸਹੁਰੇ ਪਰਿਵਾਰ ਨਾਲ ਸੰਬੰਧਤ ਦਿਉਰ ਨਾਲ ਸੰਬੰਧਤ ਨਨਾਨ ਨਾਲ ਸੰਬੰਧਤ ਫਸਲਾਂ ਨਾਲ ਸੰਬੰਧਤ ਸਾਡੇ ਕਿੱਤਿਆਂ ਨਾਲ ਸੰਬੰਧਤ ਬਿਲਕੁਲ ਤੇ ਇਹ ਸਾਰੀਆਂ ਜਿਹੜੀਆਂ ਬੋਲੀਆਂ ਨੇ ਸੰਵੇਦਨਸ਼ੀਲ ਜਿਹੜੀ ਔਰਤ ਹੈ ਪੰਜਾਬੀ ਮਟਿਆਰੇ ਬਹੁਤ ਹੀ ਸੰਵੇਦਨਸ਼ੀਲ ਹੈ ਹਰ ਰਿਸ਼ਤੇ ਨੂੰ ਇਹ ਉਹਦੀ ਬਹਾਦਰੀ ਹੈ ਉਹਨੇ ਥਾਂ ਸੇ ਰੱਖਿਆ ਹੋਇਆ ਹਰ ਇਛੇ ਦੀ ਆਪਣੀ ਇੱਕ ਮੁਕਾਮ ਹੈ ਜਦ ਸੱਸਾਂ ਸੀ ਉਹ ਜ਼ੁਲਮ ਕਰਦੀਆਂ ਸੀ ਤੇ ਉਹਨਾਂ ਨੇ ਇਹ ਬੋਲੀ ਘੜੀ ਸੀ ਕਿ ਸੱਸ ਕੁੱਟਨੀ ਸੰਦੋਖਾਂ ਹੋ ਲੈ ਹਣਾ ਜੀ ਬੇਸ਼ੱਕ ਉਹਨਾਂ ਲਈ ਜਾ ਕੇ ਕਰਦੀਆਂ ਸੀ ਉਹਨਾਂ ਤੋਂ ਪਰਸੇ ਜਾ ਕੇ ਪਰ ਇਹ ਕਰਦੇ ਹੋ ਆਪਣਾ ਗੁੱਸਾ ਮੰਨਦਾ ਜਿਹੜਾ ਬਲਬਲਾ ਸੀ ਉਹ ਕੱਢ ਲੈਂਦੀਆਂ ਸੀ ਕਿਉਂਕਿ ਜਦੋਂ ਧੀਆਂ ਸਾਰੀਆਂ ਇਕੱਠੀਆਂ ਹੋ ਜਾਂਦੀਆਂ ਸੀ ਨਹੀਂਆਂ ਵਰੀਆਂ ਫਿਰ ਉਹ ਵਕਰੀ ਹੁੰਦੀਆਂ ਸੀ ਉਦੋਂ ਸੱਸਾਂ ਨੇੜੇ ਨਹੀਂ ਸੀ ਹੁੰਦੀਆਂ ਫਿਰ ਉਹ ਆਪਣੀ ਮੰਨ ਦਾ ਮੁਬਾਰਕਾਣ ਲੈਂਦੀਆਂ ਸੀ ਇਸ ਤਰ੍ਹਾਂ ਕਹਿ ਕੇ ਗੱਲ ਕਰ ਰਹਿੰਦੀਆਂ ਸੀ ਹਨ ਜਿਵੇਂ ਜੇਠ ਨਾਲ ਸੰਬੰਧਿਤ ਜਿਨ੍ਹਾਂ ਦੇ ਵੀ ਘਰ ਦੇ ਵਿੱਚ ਫੈਮਲੀ ਦੇ ਵਿੱਚ ਦਬਦਬਾ ਸੀ ਜਿਹੜੇ ਦਾ ਤੇ ਉਹ ਉਹਨਾਂ ਨੂੰ ਰੜਕਦਾ ਸੀ ਅਖੜਦਾ ਸੀ ਉਹ ਦਿਓਰ ਨਾਲ ਜਿਵੇਂ ਸੀ ਬੜਾ ਪਿਆਰ ਦਾ ਰਿਲੇਸ਼ਨ ਸੀ ਜਿਵੇਂ ਬੋਲੀ ਹੁੰਦੀ ਹੈ ਬਈ ਸੋਨਵੇ ਦਿਉਰਾ ਸੰਬਲੇ ਵਾਲੇ ਆ ਲੱਗੇ ਜਾਣ ਤੋਂ ਮਹਿੰਗਾ ਵੇ ਲੈ ਜਾ ਮੇਰਾ ਲਖਮਣ ਕੇ ਜਾਈ ਮੱਸਿਆ ਲਿਆ ਦੇਵੀ ਲਹਿੰਗਾ ਵੇ ਲੈ ਜਾ ਮੇਰਾ ਲਖਮਣ ਕੇ ਸੋ ਕੁਛ ਸੀ ਜਿਹੜੇ ਉਹਨਾਂ ਨੂੰ ਸਮਝਦੇ ਸੀ ਬੋਲੀਆਂ ਉਹਨਾਂ ਲਈ ਪੋਜ਼ਿਟਿਵ ਬੋਲੀਆਂ ਸੀ ਬੜੀਆਂ ਇਸ ਤਰ੍ਹਾਂ ਦੀਆਂ ਬੋਲੀਆਂ ਸੀ ਪਰ ਸਾਡੇ ਪੰਜਾਬੀ ਸੱਭਿਆਚਾਰ ਦਾ ਪੂਰਾ ਦਰਸ਼ਨ ਉਹ 10 ਮਿੰਟ ਦਾ ਗਿੱਧਾ ਤਾਂ ਕਰਾਵੇਗਾ ਜਿਦੇ ਵਿੱਚ ਵੱਧ ਤੋਂ ਵੱਧ ਇਦਾਂ ਦੀਆਂ ਬੋਲੀਆਂ ਹੋਣਗੀਆਂ ਮਾਹੀ ਨਾਲ ਉਹਨਾਂ ਦਾ ਬੜਾ ਪਿਆਰਾ ਰਿਲੇਸ਼ਨ ਹੈ ਉਹਦੇ ਨਾਲ ਬੜੀਆਂ ਪਿਆਰ ਵਾਲੀਆਂ ਬੋਲੀਆਂ ਹੋਣਗੀਆਂ ਤੇ ਸਭ ਤੋਂ ਘਰ ਚ ਜ਼ਿਆਦਾ ਨਨਦ ਨਾਲ ਬੜੀਆਂ ਪਿਆਰੀਆਂ ਬੋਲੀਆਂ ਹੋਣਗੀਆਂ ਫਿਰ ਕਮਲ ਜੀ ਇੱਕ ਵਾਰ ਮੈਂ ਅਮਰੀਕਾ ਵਿੱਚ ਸੀ ਤਦ ਮੈਂ ਇੱਕ ਤੁਨ ਘਟਨਾ ਸੁਣਾਉਣੀ ਆ ਉੱਥੇ ਮੈਂ ਗਿੱਧਾ ਤਿਆਰ ਕਰਵਾਇਆ ਇੱਕ ਫਰੇਜ਼ਨੋ ਵਿਖੇ ਉੱਥੇ ਗਿੱਧਿਆਂ ਦੇ ਵਿੱਚ ਇੱਕ ਲੜਕੀ ਦੀ ਇਹੋ ਜਿਹੀ ਸਿਲੈਕਸ਼ਨ ਹੋਈ ਜਿਸ ਦੀ ਉਹ ਕਹਿੰਦੀ ਹੈ ਵੀ ਕੁੜੀ ਬੜੀ ਸੋਹਣੀ ਗਿੱਧਾ ਬੜਾ ਅੱਛਾ ਪਾਵੇ ਫੁੱਟਵਰਕ ਬੜਾ ਅੱਛਾ ਮੈਂ ਚਾਹਾਂ ਕਿ ਉਹ ਗਿੱਧਾ ਪਾਵੇ ਉਹ ਕਹਿੰਦੀ ਪਰ ਨਹੀਂ ਮੈਂ ਨਹੀਂ ਗਿੱਧਾ ਪਾਉਣਾ ਮੈਂ ਕਦੀ ਕਿਉਂ ਬੇਟੇ ਤੂੰ ਕਿਉਂ ਨਹੀਂ ਕਿੱਦਾਂ ਪਾਉਣਾ ਕਹਿੰਦੀ ਐ ਵੀ ਨਾ ਇੱਥੇ ਤਾਂ ਵਿੱਚ ਨਾ ਸੱਸ ਨੂੰ ਗਾਲੀਆਂ ਦਿੱਤੀਆਂ ਜਾਂਦੀਆਂ ਨੇ ਹਮ ਫਿਰ ਉਸ ਰਾਤ ਕਮਲ ਜੀ ਮੈਂ ਸਾਰੀ ਰਾਤ ਸੌ ਨਹੀਂ ਸਕੀ ਤੇ ਮੈਂ ਸੋਚਦੀ ਰਹੀ ਕਿ ਸੱਸ ਦੇ ਕੋਈ ਪੋਜ਼ਿਟਿਵ ਬੋਲੀ ਹੋਵੇ ਜਿਹੜੀ ਮੈਂ ਇਸ ਬੇਟੀ ਨੂੰ ਦੇਵਾਂ ਤੇ ਇਹਦਾ ਇਹ ਗਿਲਾ ਦੂਰ ਹੋ ਜਾਵੇ ਵਕਈ ਹੈ ਜਿਹੜਾ ਸੱਭਿਆਚਾਰ ਹੈ ਉਹ ਵਗਦੇ ਦਰਿਆਵਾਂ ਵਾਂਗ ਹੈ ਨਾ ਕਿ ਛਪੜ ਦੇ ਪਾਣੀ ਵਾਂਗ ਹੈ ਖੜਾ ਨਹੀਂ ਉਹ ਉਹ ਵਗਦੇ ਦਰਿਆਵਾਂ ਵਾਂਗ ਹੈ ਤੇ ਹਰ ਸਮੇਂ ਨੂੰ ਆਪਣੇ ਵਿੱਚ ਸਮਾਉਂਦਾ ਹੈ ਹਰ ਸਮੇਂ ਦੇ ਆ ਜਿਵੇਂ ਹੁਣ ਨੀ ਕੈਨੇਡਾ ਚੰਦਰੀ ਲੈ ਗਈ ਛਾਂਟ ਕੇ ਮੁੰਡੇ ਤੇ ਹਰ ਇੱਕ ਤਬਦੀਲੀ ਆਉਂਦੀ ਹੈ ਫਿਰ ਉਸ ਰਾਤ ਮੈਂ ਤਿੰਨ ਬੋਲੀਆਂ ਘੜੀਆਂ ਇੱਕ ਤਾਂ ਧੀਆਂ ਲਈ ਪੋਜ਼ਿਟਿਵ ਬੋਲੀ ਸੁੱਖਾ ਮੰਗਦੀਆਂ ਖੇੜੇ ਦੀ ਧੀਆਂ ਨਹੀਂ ਧੀਆਂ ਰੌਣਕ ਵੇੜੇ ਦੀ ਇੱਕ ਬੋਲੀ ਮੈਂ ਹੋਰ ਛੋਟੀ ਜੀ ਜਿਹੜੀ ਸੀ ਸੱਸ ਵਾਸਤੇ ਘੜੀ ਉਸ ਦਿਨ ਮੈਂ ਉਹ ਕਰ ਸਕੇ ਪਿਪਲਾਂ ਦੀ ਠੰਡੀ ਮਿੱਠੀ ਸ਼ਾਮ ਵਰਗੀ ਮੈਨੂੰ ਸੱਸ ਮਿਲ ਗਈ ਸਹੀਉ ਮਾਂ ਵਰਗੀ ਸੋ ਮੈਨੂੰ ਬੜਾ ਅੱਛਾ ਲੱਗਿਆ ਕਿ ਮੈਂ ਇਹ ਕਰ ਸਕੇ ਇੱਕ ਹੋਰ ਥੋੜੀ ਜਿਹੀ ਲੰਬੀ ਬੋਲੀ ਮੈਂ ਬਣਾਈ ਬਹੁਤਾ ਪਿਆਰਾ ਮੈਨੂੰ ਤੂੰ ਵੇ ਲੱਗੇ ਸਿੰਘ ਜੀ ਹੂੰ ਬਹੁਤਾ ਪਿਆਰਾ ਮੈਨੂੰ ਤੂੰ ਬੇਲੱਗੀ ਥੋੜਾ ਜਿਹਾ ਕੁਝ ਦੱਸੋ ਨਾਨਾ ਬਹੁਤਾ ਪਿਆਰਾ ਮੈਨੂੰ ਤੂੰ ਵੇ ਲੱਗੇ ਸਿੰਘ ਜੀ ਬਹੁਤਾ ਪਿਆਰਾ ਮੈਨੂੰ ਤੂੰ ਵੇ ਲੱਗੇ ਸਿੰਘ ਜੀ ਤੇਥੋਂ ਪਿਆਰੀ ਤੇਰੀ ਮਾਂ ਵੇ ਜਦ ਤੂੰ ਨੇ ਹੁੰਦਾ ਹੱਥਾਂ ਦੀ ਕਰਦੀ ਏਸ਼ਾਂ ਵੇ ਜਦ ਤੂੰ ਨੇ ਹੁੰਦਾ ਹੱਥਾਂ ਦੀ ਕਰਦੀ ਏਸ਼ਾਂ ਵਾ ਬਹੁਤ ਸੋ ਅਗਲੇ ਦਿਨ ਮੈਂ ਜਾ ਕੇ ਜਿਹੜੀਆਂ ਸੀ ਬੋਲੀਆਂ ਉਹ ਆਪਣੇ ਗਿੱਧੇ ਦੀ ਟੀਮ ਨੂੰ ਐਡ ਕਰਵਾਈਆਂ ਤੇ ਉਹ ਲੜਕੀਆਂ ਸੀ ਜਿਹੜੀਆਂ ਬੜੀਆਂ ਖੁਸ਼ ਹੋ ਗਈਆਂ ਮੈਨੂੰ ਮਨ ਨਾਲ ਕਹਿਣਾ ਪੈ ਰਿਹਾ ਹੁਣ ਇਹ ਪੰਜਾਬ ਦੀਆਂ ਸਾਰੀਆਂ ਸਟੇਜਾਂ ਤੇ ਬੋਲੀਆਂ ਜਿਹੜੀਆਂ ਨੇ ਉਹ ਪੈ ਰਹੀਆਂ ਵਾਹ ਤੇ ਇੱਕ ਕੰਮ ਕਮਲਜੀ ਮੈਂ ਹੋਰ ਕੀਤਾ ਹਾਂ ਦੱਸਦੀ ਸੀ ਕਿ ਮੈਂ ਉਸ ਵਕਤ ਅਧਿਆਪਕਾ ਸੀ ਤੇ ਮੈਂ ਜੌਬ ਕਰਦੀ ਸੀ ਉਹ ਮੇਰਾ ਮਨ ਪਸੰਦ ਕੀਤਾ ਸੀ ਕਿਉਂਕਿ ਮੈਨੂੰ ਲਿਟਰੇਚਰ ਪੜਾਉਣਾ ਬੜਾ ਚੰਗਾ ਲੱਗਦਾ ਸੀ ਮਹੀਰ ਇੰਨੀ ਸੋਹਣੀ ਗਾ ਕੇ ਤੇ ਬੱਚਿਆਂ ਨੂੰ ਪੜਾਉਂਦੀ ਸੀ ਵੀ ਉਹ ਵਾਰ-ਵਾਰ ਮੇਰੇ ਕੋਲ ਹੀਰ ਦੇ ਅਰਥ ਕਰਨ ਆ ਜਾਂਦੇ ਸੀ। ਪਿੰਡਾਂ ਦੇ ਬੱਚੇ ਬੜੇ ਘੋਲੇ ਪਾਲੇ ਤੇ ਉਹਨਾਂ ਨੇ ਕਿਹਾ ਨਾ ਗੁਰਬਾਣੀ ਤਾਂ ਉਹਨਾਂ ਨੂੰ ਸਮਝ ਨਾ ਆਉਣੀ ਤੇ ਉਹਨਾਂ ਨੇ ਕਿਹਾ ਵੀ ਮੈਡਮ ਜੀ ਸਾਨੂੰ ਨਾ ਇਹਦੇ ਨੇ ਅਰਥ ਆ ਹੀਰ ਦੁਬਾਰਾ ਕਰਵਾ ਦਿਓ। ਸੋ ਕਿਉਂਕਿ ਪਤਾ ਨਹੀਂ ਉਹ 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 ਦੇਨੇ ਹੋ ਜੇ ਸੀ ਉਹ ਮਤਲਬ ਇੰਨੀ ਛੋਟੀ ਉਮਰ ਸੀ। ਮੈਨੂੰ ਇਦਾਂ ਲੱਗਿਆ ਕਰ ਜਿਵੇਂ ਮੈਂ ਹੀ ਉਹਨਾਂ ਨੂੰ ਹੀਰ ਦੱਸਦੀ ਹਾਂ। ਵੱਡੇ-ਵੱਡੇ ਬੱਚੇ ਮੇਰੇ ਥੋੜੇ ਫਰਕ ਹੁੰਦਾ ਟੀਚਰ ਨਾਲ ਬੱਚਿਆਂ ਦਾ। ਸੋ ਇਸ ਤਰ੍ਹਾਂ ਚੱਲਦਾ ਰਿਹਾ ਉਹ ਦਿਨ ਮੇਰੇ ਸੀ ਮੈਂ ਮਨਪਸੰਦ ਸਭ ਕੁਝ ਕਰ ਸਕਦੀ ਸੀ ਪਰ ਮੈਂ ਆਪਣੇ ਪਤੀ ਦੇ ਕਹਿਣ ਦੇ ਜਿਹੜੀ ਸੀ ਜੋਬ ਉਹ ਛੱਡ ਦਿੱਤੀ ਅੱਛਾ ਮੇਰੇ ਪਤੀ ਦੇ ਕਹਿਣ ਅੱਛਾ ਫਿਰ ਤੁਸੀਂ ਉਹ ਜੋਬ ਛੱਡੀ ਮੈਂ ਉਹ ਜੋਬ ਮੈਨੂੰ ਛੱਡਣੀ ਪਈ ਆਪਣੇ ਪਤੀ ਦੇ ਕਹਿਣ ਤੇ ਮੈਂ ਗਵਰਨਮੈਂਟ ਜੋਬ ਸੀ ਜਿਹੜੀ ਉਹ ਛੱਡ ਦਿੱਤੀ ਫਿਰ ਮੇਰੀ ਲਾਈਫ ਦੇ ਵਿੱਚ ਮੈਨੂੰ ਕਾਫੀ ਸਟਰਗਲ ਕਰਨਾ ਪਿਆ ਹੂੰ ਉਸ ਤੋਂ ਬਾਅਦ ਕਿਉਂਕਿ ਮੈਂ ਅੱਜ ਵੀ ਜਿੱਥੇ ਕਿਤੇ ਲੜਕੀਆਂ ਲਈ ਬੋਲਦੀ ਆ ਮੈਂ ਕਹਿੰਨੀ ਆ ਇਕਨੋਮਿਕਲੀ ਜਿਹੜਾ ਤੁਸੀਂ ਜੋ ਮਰਜ਼ੀ ਹੋਰ ਕਰੋ ਇੰਡੀਪੈਂਡੈਂਟ ਜ਼ਰੂਰ ਹੋ ਬਹੁਤ ਬਹੁਤ ਜ਼ਰੂਰੀ ਹੈ ਉਹ ਬਹੁਤ ਜ਼ਰੂਰੀ ਹੈ ਅੱਜ ਦੀ ਔਰਤ ਵਾਸਤੇ ਕਿਉਂਕਿ ਖਰਚੇ ਨੇ ਉਹ ਖਰਚੇ ਕਿਦਾਂ ਕਿਸੇ ਅੱਗੇ ਹੱਥ ਨਹੀਂ ਅਡਿਆ ਜਾ ਸਕਦਾ ਕਿਉਂਕਿ ਪਹਿਲਾਂ ਜਿਹੜੀਆਂ ਔਰਤਾਂ ਮਜਬੂਰੀ ਹੁੰਦੀ ਸੀ ਜਦੋਂ ਘਰ 'ਚ ਕੁੱਟ ਮਾਰ ਜਾਂ ਜਿੰਨੀਆਂ ਵੀ ਤਸ਼ੱਦਦਾਂ ਦੀ ਸੀ ਇਸ ਕਰਕੇ ਸੈਂਦੀਆਂ ਸੀ ਵੀ ਉਹਨਾਂ ਦੇ ਹੱਥ 'ਚ ਕੁਛ ਨਹੀਂ ਹੁੰਦਾ ਹੀ ਨਹੀਂ ਸੀ ਵੀ ਜੇ ਜਾਣ ਗਈਆਂ ਪੇਕੇ ਘਰ 'ਚ ਫੇਰ ਰੋਣ ਲੱਗੀਆਂ ਬੱਚੇ ਨੇ ਵੀ ਕੀ ਕਰਨਗੇ ਇੱਥੋਂ ਤੱਕ ਮਜਬੂਰੀ ਹੁੰਦੀ ਸੀ ਬਿਲਕੁਲ ਜਮਾ ਕਿਵੇਂ ਤੇ ਉਹਦਾਂ ਨੂੰ ਦੋ ਚਾਰ ਦਿਨਾਂ ਚ ਜਿਹੜਾ ਗੁੱਸਾ ਸੀ ਠੰਡਾ ਹੋ ਜਾਂਦਾ ਜਾਂ ਮਨ ਮੰਨੌਤ ਹੋ ਜਾਂਦੀ ਜਾਂ ਕਿਸ ਤਰ੍ਹਾਂ ਹੋ ਜਾਂਦਾ ਚਲੋ ਬਹੁਤ ਸਮਾਂ ਆਇਆ ਇਸ ਤਰ੍ਹਾਂ ਦਾ ਮੈਂ ਤੰਗੀਆਂ ਤੁਰਸੀਆਂ ਸਹੀਆਂ ਹਮ ਮੇਰੇ ਪਤੀ ਜਦੋਂ ਇਸ ਜੌਬ ਤੇ ਆ ਗਏ ਐਸ ਡਾਇਰੈਕਟਰ ਯੂਥ ਵੈਲਫੇਅਰ ਫਿਰ ਮੈਨੂੰ ਇੱਕ ਗਿੱਦੇ ਚ ਰਸੀ ਵੇਖਣ ਦਾ ਤਾਂ ਮੌਕਾ ਬਹੁਤ ਮਿਲਦਾ ਰਿਹਾ ਫਿਰ ਉਸ ਤੋਂ ਬਾਅਦ ਇੱਕ ਮੌਕਾ ਆਇਆ ਇੱਕ ਡਾਇਰੈਕਟਰ ਸਾਹਿਬ ਸੀ ਗੁਰਨਾਨਕ ਯੂਨੀਵਰਸਿਟੀ ਜੇ ਮੈਂ ਉਹਨਾਂ ਨੂੰ ਅੱਜ ਵੀ ਅਪਰੀਸ਼ੀਏਟ ਕਰਦੀ ਆ ਉਹਨਾਂ ਨੇ ਮੇਰੀ ਕਲਾ ਨੂੰ ਪਛਾਣਿਆ ਉਹਨਾਂ ਨੇ ਮੇਰਾ ਲਖਨਊ ਵਿਖੇ ਉਹ ਗਿੱਧਾ ਦੇਖਿਆ ਸੀ ਅੱਛਾ ਉਹਨਾਂ ਨੇ ਮੈਨੂੰ ਜਜਮੈਂਟ ਤੇ ਬੁਲਾਇਆ ਆਪਣੀ ਯੂਨੀਵਰਸਿਟੀ ਦੇ ਵਿੱਚ ਕਹਿੰਦੇ ਵੀ ਇਹਨਾਂ ਤੋਂ ਵਧੀਆ ਜਜ ਕੋਣ ਹੋ ਸਕਦਾ ਹੈ ਜਿਨ੍ਹਾਂ ਨੇ ਫਰਸਟ ਪੋਜੀਸ਼ਨ ਲਈ ਹੋਈ ਏ ਇੰਨੇ ਵਧੀਆ ਉਹ ਗਿੱਧਾ ਮੈਂ ਉਹ ਫੋਟੋਆਂ ਲੈ ਕੇ ਉਹਨਾਂ ਨੂੰ ਦਿਖਾਈਆਂ ਕਹਿੰਦੇ ਹਾਂ ਇਹ ਹੀ ਲੜਕੀ ਸੀ ਜਿਹਦਾ ਮੇਨ ਰੋਲ ਸੀ ਕਹਿੰਦੇ ਸੋ ਉਸ ਤੋਂ ਬਾਅਦ ਚੱਲ ਸੋ ਜਲ ਫਿਰ ਮੈਂ ਸਾਰੀਆਂ ਹੀ ਯੂਨੀਵਰਸਿ ਕਿੱਦੇ ਵੀ ਜਜਮੈਂਟ ਵਾਸਤੇ ਬਲਕਿ ਤੁਸੀਂ ਜਦੋਂ ਫਿਰ ਜੌਬ ਛੱਡੀ ਫਿਰ ਤੁਸੀਂ ਦੁਬਾਰਾ ਵੀ ਜੌਬ ਕੀਤੀ ਨਾ ਹਾਂਜੀ ਹਾਂਜੀ ਮੈਂ ਦੁਬਾਰਾ ਫਿਰ ਜੌਬ 13 ਸਾਲਾਂ ਬਾਅਦ ਕੀਤੀ ਕਮਲ ਜੀ ਉਹ ਮੇਰਾ ਬਹੁਤ ਛੋਟੇ ਬੱਚੇ ਵੀ ਸੀ ਉਹਨਾਂ ਦੀਆਂ ਲੋੜਾਂ ਸੀ ਮੇਰੀਆਂ ਵੀ ਲੋੜਾਂ ਸੀ ਤੇ ਬਹੁਤ ਸਟਰਗਲ ਦੇ ਵਿੱਚੋਂ ਮੈਨੂੰ ਲੰਘਣਾ ਪਿਆ ਮੈਨੂੰ ਪੈਰੈਂਟਸ ਤੋਂ ਹੈਲਪ ਲੈਣੀ ਪੈਂਦੀ ਸੀ ਮੈਂ ਲੈਂਦੀ ਰਹੀ ਬਹੁਤ ਸਾਲ ਤੇ ਉਸ ਤੋਂ ਬਾਅਦ ਮੈਂ ਜਦੋਂ 13 ਸਾਲਾਂ ਬਾਅਦ 2090 ਵਿੱਚ ਮੈਂ ਜੌਬ ਜੁਆਇਨ ਕੀਤੀ ਜਿਹੜੀ ਮੈਂ 18 ਸਾਲ ਕਰਕੇ ਤੇ ਫਿਰ ਮੈਂ ਛੱਡੀ ਐਸੀ ਖਾਲਸਾ ਸਕੂਲ ਖਰੜ ਸੀ ਮੇਰਾ ਅੱਛਾ ਖਰੜ ਹਾਂਜੀ ਖਰੜ ਮੈਂ ਪੜਾਇਆ ਤੇ ਇਹ ਵੀ ਮੇਰੀ ਸਟਰਗਲ ਹੀ ਸੀ ਸਮਝੋ ਕਿਸੇ ਵੇਰੇ ਉੱਠਣਾ ਇਨੀ ਜਲਦੀ ਬੱਚਿਆਂ ਨੂੰ ਟिफਨ ਤਿਆਰ ਕਰਕੇ ਦੇਨੇ ਫਿਰ ਸਕੂਲ ਜਾਣਾ ਫਿਰ ਉਧਰੋਂ ਮੈਨੂੰ ਜੱਜਮੈਂਟ ਦੀਆਂ ਕਾਲਸ ਵੀ ਆ ਜਾਂਦੀਆਂ ਸੀ ਸਕੂਲ ਤੋਂ ਛੁੱਟੀ ਨਾ ਮਿਲਨੀ ਬਹੁਤ ਔਖਾ ਸਮਾਂ ਸੀ ਹੂੰ ਹੂੰ ਤੇ ਉਥੇ ਸਕੂਲ ਵਾਲਿਆਂ ਨੇ ਵੀ ਮੈਨੂੰ ਕੋਆਪਰੇਟ ਨਾ ਕਰਨਾ ਖਾਲਸਾ ਸਕੂਲ ਸੀ ਮੈਂ ਤਾਂ ਸੋਚਿਆ ਸੀ ਵੀ ਬੜਾ ਇੱਥੇ ਸਿੱਖੀ ਦਾ ਪ੍ਰਚਾਰ ਵੀ ਕਰਾਂਗੀ ਨਾਲ-ਨਾਲ ਹੂੰ ਗੁਰੂਆਂ ਦੇ ਨਾਂ ਗੁਰੂਆਂ ਦੇ ਸਹਬਜ਼ਾਦਿਆਂ ਦੇ ਨਾਮ ਮੈਂ ਬੱਚਿਆਂ ਨੂੰ ਰਟਾਉਣੇ ਸ਼ੁਰੂ ਕੀਤੇ ਸ਼ਬਦ ਗਾਇਨ ਕਰਾਉਣਾ ਸ਼ੁਰੂ ਕੀਤਾ ਉਹ ਵੀ ਟੀਮਾਂ ਮੇਰੀਆਂ ਫਸਟ ਆਉਣ ਲੱਗੀਆਂ ਸਾਡੇ ਜਿੰਨੇ ਸਕੂਲ ਸੀ ਉਹਨਾਂ ਵਿੱਚੋਂ ਤੇ ਕੁਝ ਲੋਗ ਐਪਰੀਸ਼ੀਏਟ ਕਰਦੇ ਸੀ ਕਈ ਵਾਰਾਂ ਪ੍ਰੋਫੈਸ਼ਨਲ ਜੈਲਸੀਜ਼ ਵੀ ਹੋ ਜਾਂਦੀਆਂ ਨੇ ਹਾਂ ਜੀ ਇਹ ਵੀ ਮੇਰੇ ਨਾਲ ਹੋਇਆ ਤੇ ਇਸ ਕਰਕੇ ਮੇਰੇ ਅੱਜ ਵੀ ਕੇਸ ਚੱਲ ਰਿਹਾ ਤੇ ਮੈਨੂੰ ਨਾ ਸਕੂਲ ਦੇ ਵਿੱਚੋਂ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪਿਆ ਜੌਬ ਦੇ ਦੌਰਾਨ ਵੀ ਜੀ ਫਿਰ ਮੈਂ ਕਿਉਂਕਿ ਅਸੀਂ ਗਲਤ ਗੱਲ ਨਾਲ ਕੰਪਰੋਮਾਈਜ਼ ਕਰ ਨਹੀਂ ਸਕਦੇ ਆਰਟਿਸਟ ਬੰਦੇ ਆ ਹਨਾ ਬਿਲਕੁਲ ਬਿਲਕੁਲ ਕਹਿੰਦੇ ਨੇ ਅਸੀਂ ਆਪਣੀ ਗੱਲ ਜਿਹੜੀ ਠੀਕ ਹੈ ਉਹਦੇ ਤੇ ਅੜਦੇ ਆ ਤੇ ਇਸ ਕਰਕੇ ਪ੍ਰੋਬਲਮਸ ਆਈਆਂ ਕੁਝ ਹਮ ਹਮ ਅਤਵੱਦ ਦਾ ਜ਼ਮਾਨਾ ਸੀ ਉਦੋਂ ਹੋਰ ਵੀ ਜ਼ਿਆਦਾ ਮੁਸ਼ਕਲਾਂ ਸੀ ਕਿ ਬਹੁਤ ਮੁਸ਼ਕਲਾਂ ਸੀ ਜਿਵੇਂ ਇੱਕ ਉਦਾਹਰਨ ਹੈ ਵੀ ਸਾਡੇ ਪ੍ਰਿੰਸੀਪਲ ਸਾਹਿਬਲ ਨੂੰ ਹਦਾਇਤ ਸੀ ਕਿ ਬੱਚਿਆਂ ਨੇ ਪੀਲੇ ਰੰਗ ਦਾ ਪਟਕਾ ਸਿਰ ਤੇ ਬੰਨਣਾ ਉਦੋਂ ਆਇਆ ਸੀ ਕਿ ਬੇਲੀਆਂ ਜੁੰਨੀਆਂ ਤੇ ਪੀਲੇ ਪਟਕੇ ਬੰਨਣੇ ਇਹ ਵੀ ਆਇਆ ਸੀ ਬਲਕਿ ਸਾਨੂੰ ਟੀਚਰਾਂ ਨੂੰ ਵੀ ਉਹ ਹੋ ਗਿਆ ਤੇ ਪਰ ਮੈਂ ਕਈ ਵਾਰ ਇਸ ਗੱਲ ਨੂੰ ਨਹੀਂ ਸੀ ਮੰਨਦੀ ਤੇ ਮੈਨੂੰ ਇਹਨਾਂ ਨਾਲ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਫਿਰ ਉਹਨਾਂ ਬੱਚਿਆਂ ਨੂੰ ਮੈਂ ਇਹਨਾਂ ਦਾ ਨਾ ਫਿਰ ਉਹਨਾਂ ਨੇ ਮੈਨੂੰ ਇਸ ਤਰ੍ਹਾਂ ਕਰਨਾ ਸਟ्रेस ਦੇਣ ਵਾਸਤੇ ਵੀ ਇਹਨਾਂ ਦਾ ਰੰਗ ਨਹੀਂਗਾ ਠੀਕ ਹੈਗਾ ਐਗਜ਼ੈਕਟ ਨਹੀਂ ਰੰਗ ਜਿਹੜਾ ਅਸੀਂ ਕਿਹਾ ਹੈ ਕਿਸਤਰੀ ਮੈਂ ਉਹਨਾਂ ਨੂੰ ਪੈਸੇ ਦੇਨੇ ਬੱਚਿਆਂ ਨੂੰ ਕਹਿੰਨਾ ਕੱਲ ਨੂੰ ਨਵੇਂ ਪਟਕੇ ਤੁਸੀਂ ਸਾਰੇ ਖਰੀਦ ਕੇ ਆਓ ਹੂੰ ਫਿਰ ਤਾਂ ਨਹੀਂ ਨਾ ਇਹ ਕਹਿਣਗੇ ਇਦਾਂ ਪਰ ਇਵਨ ਦੈਨ ਜਿਸ ਨੇ ਕਹਿੰਦੇ ਨੇ ਆਟਾ ਗੁੰਦੀ ਹਿਲਦੀ ਹੈ ਜਿੰਨੇ ਮੁਸ਼ਕਿਲ ਚ ਪਾਉਣਾ ਪਉਣਾ ਫਿਰ ਮੈਨੂੰ ਮੁਸ਼ਕਲਾਂ ਕਾफी ਸਹਿਣੀਆਂ ਪਈਆਂ ਉਹ ਜਿਹੇ ਕੇਸ ਮੇਰੇ ਚੱਲਦੇ ਨੇ ਪਰ ਮੈਂ ਕਿਸੇ ਗਲਤ ਗੱਲ ਨਾਲ ਕਦੀ ਕੰਪਰੋਮਾਈਜ਼ ਨਹੀਂ ਕੀਤਾ ਹਾਂ ਜਿਹੜੇ ਇਹ ਹੁਣ ਗਿੱਧੇ ਸੀ ਇਹ ਫਿਰ ਜਦੋਂ ਮੈਂ ਦੇਖਿਆ ਸਟੇਜਾਂ ਤੇ ਫਿਰ ਉੱਥੇ ਮੈਂ ਬੋਲ ਕੇ ਵੀ ਦੱਸਣਾ ਇਸ ਜੱਜ ਜਦੋਂ ਮੈਂ ਜਾਣਾ ਫਿਰ ਮੈਂ ਉਹਨਾਂ ਨੂੰ ਅਫੀਸਰ ਸਹਿਬਾਨ ਨੂੰ ਕਹਿਣਾ ਵੀ ਤੁਸੀਂ ਇਦਾਂ ਕਰੋ ਵਰਕਸ਼ਾਪਸ ਲਗਾਓ ਉੱਥੇ ਮੈਨੂੰ ਸੱਦੋ ਮੈਂ ਡੈਮੋਨਸਟ੍ਰੇਸ਼ਨ ਦਿਆਂਗੀ ਮੈਂ ਕਰਕੇ ਦੱਸਾਂਗੀ ਬੋਲੀਆਂ ਦਾ ਸਾਰਾ ਤੇ ਤੁਸੀਂ ਕਰੋ ਇਹ ਮੇਰੇ ਅੱਖੇ ਲੱਗ ਕੇ ਫਿਰ ਗੁਰਨਾਨਕ ਜੁਨੀਵਰਸਿਟੀ ਦੇ ਸੀ ਸਰਗਵਾਸ ਜੀ ਮਿਸਟਰ ਬਲਜੀਤ ਸਿੰਘ ਸਿੱਖੋਂ ਉਹਨਾਂ ਨੇ ਇਹ ਅਰੇਂਜਮੈਂਟ ਕੀਤਾ ਉਹ ਇੰਨੀ ਵਧੀਆ ਸਾਡੀ ਉਹ ਵਰਕਸ਼ਾਪ ਗਈ ਗਿੱਧਿਆਂ ਦੀ ਡੈਮੋਨਸਟ੍ਰੇਸ਼ਨ ਮੈਂ ਕੋਈ 1 ਘੰਟਾ ਮੈਂ ਡੈਮੋਨਸਟ੍ਰੇਸ਼ਨ ਦਿੱਤੀ ਤੇ ਐਂਡ ਵਿੱਚ ਮੈਂ ਇਹ ਕਿਹਾ ਮੇਰੇ ਕੋਲ ਬੋਲੀਆਂ ਦਾ ਲੋਕ ਗੀਤਾਂ ਦਾ ਇੰਨਾ ਕ ਭੰਡਾਰ ਹੈ ਜੇ ਤੁਸੀਂ ਹਫਤਾ ਵੀ ਬੈਠੇ ਰਹੋ ਤਾਂ ਮੈਂ ਸੁਣਾਉਂਦੀ ਰਵਾਂਗੀ ਅੱਛਾ ਇੰਨੀ ਤਾੜੀ ਪਈ ਉਸ ਗੱਲ ਤੇ ਇਹ ਮੈਂ ਅਪਰੀਸ਼ੀਏਟਡ ਕਾਫੀ ਕੀਤੀ ਹਨਾ ਮੈਂ ਬਹੁਤ ਕੰਮ ਕੀਤਾ ਹੈ ਇਸ ਫੀਲਡ ਦੇ ਵਿੱਚ ਮੈਂ ਬਹੁਤ ਕੰਮ ਕੀਤਾ ਹੈ ਹਾਂਜੀ ਤੇ ਇੱਕ ਇਹ ਆ ਵੀ ਹੋਰ ਗੱਲਾਂ ਮੈਨੂੰ ਬੇਸ਼ੱਕ ਭੁੱਲ ਜਾਣ ਪਰ ਲੋਕ ਬੋਲੀ ਤੇ ਲੋਕ ਗੀਤ ਜਿੱਥੋਂ ਮੈਂ ਸੁਣ ਲਵਾਣਾ ਇੱਕ ਵਾਰ ਉਹ ਮੈਨੂੰ ਭੁੱਲਦਾ ਨਹੀਂ ਅੱਛਾ ਉਹ ਮੈਨੂੰ ਯਾਦ ਹੋ ਜਾਂਦਾ ਹੈ ਕਿਉਂਕਿ ਇੰਟਰਸਟ ਦੀ ਗੱਲ ਹੈ ਸ਼ੌਂਕ ਦੀ ਗੱਲ ਹੈ

ਇਹ ਇੰਟਰਸਟ ਤੇ ਤੁਹਾਨੂੰ ਫਿਰ ਬਚਪਨ ਤੋਂ ਹੀ ਸੀਗਾ ਸਕੂਲ ਟਾਈਮ ਤੋਂ ਹਾਂਜੀ ਹਾਂਜੀ ਕਿ ਕਿ ਤੁਮ ਮੁਕਸਰ ਪਿੰਡ ਦਾ ਕਬਰ ਵਾਲਾ ਪਿੰਡ ਤੋਂ ਹੀ ਇੱਕ ਛੋਟੀ ਜੀ ਕੋ ਬੱਚੀ ਬਲਕਿ ਉਦੋਂ ਤੱਕ ਐਨ ਇੱਕ ਮਾਹੌਲ ਵੀ ਹੁੰਦਾ ਸੀ ਕਿਉਂਕਿ ਸਾਡੇ ਕੋਲ ਐਂਟਰਟੇਨਮੈਂਟ ਦੇ ਹੋਰ ਸਾਧਨ ਨਹੀਂ ਸੀ ਹੁੰਦੇ ਉਦੋਂ ਲਗਭਗ ਸਾਰੀਆਂ ਜੜੀਆਂ ਬੱਚੀਆਂ ਸੀਗੀਆਂ ਉਹਨਾਂ ਲਈ ਐਂਟਰਟੇਨਮੈਂਟ ਦਾ ਇੱਕ ਜ਼ਰੀਆ ਹੋਈ ਸੀ ਵੀ ਵੇੜੇ 'ਚ ਕੱਟੇ ਆ ਓਕੇ ਗਿੱਧੇ ਪਾਉਣੇ ਰਿਆ ਹਨਾ ਕੁਛ ਵੱਖਰੇ ਵੱਖਰੇ ਇਦਾਂ ਲਈ ਸੀ ਐਕਸਰਸਾਈਜ਼ ਵੀ ਸੀ ਉਹ ਬੜੀ ਅੱਛੀ ਹੈਨਾ ਐਕਸਰਸਾਈਜ਼ ਵੀ ਬੜੀ ਅੱਛੀ ਸੀ ਉਹ ਸਕੂਲ ਚ ਕਿਦਾਂ ਫਿਰ ਸਕੂਲ ਚ ਵੀ ਕੰਪੀਟੀਸ਼ਨ ਹੁੰਦੇ ਸੀ ਹਾਂਜੀ ਸਕੂਲ ਵਿੱਚ ਕੰਪੀਟੀਸ਼ਨ ਨਹੀਂ ਸੀ ਹੁੰਦੇ ਉੱਥੇ ਸੈਟਰਡੇ ਇੱਕ ਤਾਂ ਵਾਲ ਸਭਾ ਹੋਇਆ ਕਰਦੀ ਸੀ ਉਹਦੇ ਚ ਕਦੀ ਕੁਝ ਗਾ ਕੇ ਸੁਣਾਉਣਾ ਕਦੀ ਬੋਲੀਆਂ ਪਾ ਕੇ ਸੁਣਾਉਣੀਆਂ ਕਦੀ ਅਸੀਂ ਗਿੱਧੇ ਦਾ ਕੋਈ ਤਮਾਸ਼ਾ ਕਰਕੇ ਸੁਣਾਉਣਾ ਉਹ ਜਿਵੇਂ ਡਰਾਮੇ ਦਾ ਉਹਦੇ ਚ ਅੰਛ ਹੁੰਦਾ ਸੀ ਜ਼ਿਆਦਾ ਹੁਣ ਵੀ ਗਿੱਧਿਆਂ ਦੇ ਵਿੱਚ ਇੱਕ ਤਮਾਸ਼ਾ ਕੀਤਾ ਜਾਂਦਾ ਹੈ ਜਿਹਦੇ ਵਿੱਚ ਡਰਾਮੇ ਦਾ ਅੰਛ ਹੁੰਦਾ ਹੈ ਉਹ ਜਿਨ੍ਹਾਂ ਨੇ ਸਟੇਜ ਕੀਤੀ ਹੁੰਦੀ ਹੈ ਫਿਰ ਉਹਨਾਂ ਲਈ ਉਹ ਸਹਿਜ ਹੋ ਜਾਂਦਾ ਹੈ ਉਹਦੇ ਚ ਹਾਸ ਰਸ ਹੁੰਦਾ ਹੈ ਬਹੁਤ ਹੈਨਾ ਕੋਈ ਸਮਾਜ ਦਾ ਜਿਹੜਾ ਕਰੰਟ ਇਸ਼ੂ ਹੈ ਉਹ ਵੀ ਹੁੰਦਾ ਉਹਦੇ ਵਿੱਚ ਕਈ ਵਾਰ ਆਉਂਦੇ ਤੇ ਇਸ ਤਰ੍ਹਾਂ ਦੇ ਤਮਾਸ਼ੇ ਹੋਣ ਵੀ ਹੁੰਦੇ ਨੇ ਪੈਸੇ ਜਿਹੜਾ ਜਿਹੜਾ ਇੱਕ ਥੋੜਾ ਟਾਈਮ ਸੀ ਉਦੋਂ ਬਹੁਤਾ ਪਸੰਦ ਵੀ ਨਹੀਂ ਸੀ ਕਰਦੇ ਘਰਾਂ ਚ ਤਾਂ ਚਲੋ ਠੀਕ ਹੈ ਵੀ ਬਲਕਿ ਔਰਤਾਂ ਜਿਹੜੀਆਂ ਰਨ ਪਾਲਣੀਆਂ ਸੀ ਅੰਦਰ ਹੀ ਅੰਦਰ ਵੀ ਬਹੁਤਾ ਜਿਹੜਾ ਫਿਰ ਜਿਹੜੇ ਮਰਦ ਹੁੰਦੇ ਸੀ ਵੀ ਔਰਤ ਦਾ 페ਸ ਬਣਾ ਕੇ ਫਿਰ ਉਹ ਬੋਲੀਆਂ ਪਾਣੀਆਂ ਤੇ ਤੁਹਾਨੂੰ ਉਸ ਟਾਈਮ ਚੋਂ ਨਿਕਲ ਕੇ ਆ ਕੇ ਸਟੇਜਾਂ ਤੱਕ ਜਾਣਾ ਤੁਹਾਨੂੰ ਥੋੜੇ ਲਈ ਤਾਂ ਬੜਾ ਮੁਸ਼ਕਲ ਰਿਹਾ ਹੁਣ ਕਰਦਿਆਂ ਨੇ ਕਦੇ ਕਿਹਾ ਵੀ ਲੜਕੀਆਂ ਵੀ ਤੁਸੀਂ ਘਰੇ ਹੀ ਪਾਓ ਸਟੇਜਾਂ ਲੜਕੀਆਂ ਤੇ ਬੜੀ ਰੈਸਟ੍ਰਿਕਸ਼ਨ ਹੁੰਦੀ ਸੀ ਮੈਂ ਤੁਹਾਨੂੰ ਤੁਹਾਨੂੰ ਦੱਸਦੀ ਆ ਇਹਦੇ ਨਾਲ ਹੀ ਸੰਬੰਧਤ ਇੱਕ ਗੱਲ ਇੱਕ ਤਾਂ ਉਸ ਵਕਤ ਜਿਹੜਾ ਵਿਆਹਾਂ ਦਾ ਸੰਦਰਭ ਸੀ ਉਹ ਬਿਲਕੁਲ ਡਿਫਰੈਂਟ ਸੀ ਇਹਦੇ ਵਰਗਾ ਨਹੀਂ ਸੀ ਜਿਵੇਂ ਵਿਆਹ ਤੋਂ 15 ਦਿਨ ਪਹਿਲਾਂ 11 ਦਿਨ ਪਹਿਲਾਂ ਫਿਰ ਬਾਅਦ ਵਿੱਚ ਹੋ ਗਿਆ 7 ਦਿਨ ਪਹਿਲਾਂ 5 ਦਿਨ ਪਹਿਲਾਂ ਗੋਣ ਬਿਠਾਇਆ ਜਾਂਦਾ ਸੀ ਉਹ ਲੜਕੀਆਂ ਲਈ ਸਮਝੋ ਵਰਕਸ਼ਾਪ ਸੀ ਬੜੀ ਵਧੀਆ ਸਿੱਖਣ ਦੀ ਉੱਥੇ ਅਸੀਂ ਗੀਤ ਵੀ ਵਿਖਣੇ ਲੱਭੀ ਏਕ ਦੇ ਗੀਤ ਘੋੜੀਆਂ ਗਾਉਣੀਆਂ ਸੁਹਾਗ ਸਿੱਠਣੀਆਂ ਗਾਉਣੀਆਂ ਉਹਨਾਂ ਨੇ ਔਰਤਾਂ ਨੇ ਉਹ ਅਸੀਂ ਛੋਟੀਆਂ ਉਮਰ ਦੀਆਂ ਬੱਚੀਆਂ ਨੇ ਸੁਣਦੇ ਰਹਿਣਾ ਪਰ ਸਾਨੂੰ ਜ਼ਿਆਦਾ ਇੰਟਰਸਟ ਇਹ ਹੁੰਦਾ ਸੀ ਵੀ ਜਦੋਂ ਇਹ ਇੱਥੋਂ ਹਟਣ ਤੇ ਹੁਣ ਇਹ ਗਿੱਧਾ ਪਾਉਣ ਲੱਗਣ ਤੇ ਸਾਨੂੰ ਨੱਚਣ ਟੱਪਣ ਦਾ ਚਾਹ ਹੁੰਦਾ ਸੀ ਉਦੋਂ ਫਿਰ ਅਸੀਂ ਕਾਫੀ ਕੁਝ ਸਿੱਖ ਗਏ ਪਰ ਜਿਵੇਂ ਜਿਵੇਂ ਵੱਡੀ ਉਮਰ ਹੁੰਦੀ ਹੈ ਉਹਦੇ मीनिंग ਉਹਨਾਂ ਦੇ ਲੋਕ ਗੀਤਾਂ ਦੇ ਫਿਰ ਉਹ ਇੰਨੇ ਪਿਆਰੇ ਲੱਗਣ ਲੱਗੇ ਫਿਰ ਮੈਂ ਨਾਲ ਲੋਕ ਗੀਤਾਂ ਤੇ ਵੀ ਕੰਮ ਸ਼ੁਰੂ ਕੀਤਾ ਤੇ ਇਹ ਮੇਰੀ ਬੜੀ ਵੱਡੀ ਕੰਟਰੀਬਿਊਸ਼ਨ ਹੋਵੇਗੀ ਹਾਂ ਸਭ ਸਭ ਤੋਂ ਪਹਿਲਾਂ ਗਿੱਦਿਆਂ ਦੀ ਗੱਲ ਕਰ ਲਈਏ ਚੰਡੀਗੜ੍ਹ ਦੇ ਵਿੱਚ ਮੇਰੇ ਕੋਲ ਇੱਕ ਲੜਕੀ ਖੜੀ ਸੀ ਮੇਰੀ ਫਰੈਂਡੀ ਤੇ ਕਹਿੰਦੀ ਚੰਡੀਗੜ੍ਹ ਨਾ ਬੜਾ ਖੁਸ਼ਕ ਸ਼ਹਿਰ ਹੈ ਬਟ ਅ ਡਰਾਈ ਸ਼ਹਿਰ ਇੱਥੇ ਤਾਂ ਜੇ ਕੋਈ ਚਾਵੇ ਨਾ ਹੱਸਣਾ ਚੰਡੀਗੜ੍ਹ ਨੂੰ ਵੈਸੇ ਵੀ ਪੱਥਰਾਂ ਦਾ ਸ਼ਹਿਰ ਕਿਹਾ ਜਾਂਦਾ ਹੈ ਹਾਂਜੀ ਹਾਂਜੀ ਬਿਲਕੁਲ ਐਗਜ਼ੈਕਟਲੀ ਉਹਨੇ ਇਹ ਗੱਲ ਕੀਤੀ ਤੇ ਮੈਂ ਕਿਹਾ ਵੀ ਇਹਨੂੰ ਤਰ ਕਰਨ ਦੀ ਵੀ ਤਾਂ ਕੋਸ਼ਿਸ਼ ਕੋਸ਼ਿਸ਼ ਆਪਾਂ ਹੀ ਕਰੀਏ ਨਾ ਫਿਰ ਜਿਹੜੇ ਇੱਥੇ ਵੱਸਦੇ ਆ ਜਿਹੜੇ ਇੱਥੇ ਰਹਿੰਦੇ ਆ ਕਿਉਂ ਨਹੀਂ ਇੱਕ ਮੇਰੇ ਦਿਮਾਗ 'ਚ ਇਹ ਗੱਲ ਆ ਗਈ ਕਿ ਚੰਡੀਗੜ੍ਹ ਦੇ ਵਿੱਚ ਜੇ ਪੰਜਾਬ ਦਾ ਕਲਚਰ ਲਿਆਂਦਾ ਜਾਵੇ ਇੰਨੇ ਪੰਜਾਬੀ ਇੱਥੇ ਵੱਸਦੇ ਨੇ ਤੇ ਕੀ ਬਾਤ ਹੋਵੇਗੀ ਜਦੋਂ ਚੰਡੀਗੜ੍ਹ ਪੰਜਾਬ ਨੂੰ ਆਵੇਗਾ ਉਹ ਤਾਂ ਵੱਖਰੀ ਗੱਲ ਹੈ ਪਰ ਪੰਜਾਬ ਦਾ ਕਲਚਰ ਤਾਂ ਚੰਡੀਗੜ੍ਹ ਜਾਵੇ ਨਾ ਹਾਂ ਇਹ ਸੋਚ ਕੇ ਮੈਂ ਪਹਿਲੇ ਸਾਲ ਆਪਣੇ ਘਰ ਦੇ ਵਿੱਚ ਤੀਆਂ ਲਾਈਆਂ ਹੂੰ ਉਦੋਂ ਵੀ ਜੇ ਚੰਡੀਗੜ੍ਹ ਪੰਜਾਬ 'ਚ ਨਹੀਂ ਜਾ ਸਕਦਾ ਪੰਜਾਬ ਤਾਂ ਚੰਡੀਗੜ੍ਹ ਆ ਜਾ ਸਕਦਾ ਚਾਹ ਵੀ ਚੰਡੀਗੜ੍ਹ ਆ ਜਾਏ ਆਏ ਤਾਂ ਹੋਈਆਂ ਆਏ ਤਾਂ ਹੋਈਆਂ ਕਲਚਰ ਪਰ ਮੈਨੂੰ ਮੁਸ਼ਕਲ ਇਹ ਆਈ ਜਦੋਂ ਮੈਂ ਘਰ 'ਚ ਲੋੜ ਲੜਕੀਆਂ ਨੂੰ ਬੁਲਾਵਣਾ ਹੈ ਨਾ ਆਪਣਾ ਵੀ ਜਾਣਾ ਤੇ ਵੀ ਤੀਆਂ ਲਾਈ ਆਪਾਂ ਸਾਡੇ ਘਰ 'ਚ ਆਓ ਤੁਸੀਂ ਸ਼ਾਮ ਨੂੰ ਤੇ ਆਪਾਂ ਤੀਆਂ ਲਾਉਣੇ ਆ ਤੇ ਉਹਨਾਂ ਨੇ ਕਿਹਾ ਵਾਟ ਇਜ਼ ਤੀਆਂ ਹਾਂ ਹਾਲਕਿ ਸਬਦੀ ਜਿਹੜੀ ਬੈਕਗ੍ਰਾਉਂਡ ਦੇ ਰੂਟਸ ਨੇ ਪਿੰਡਾਂ ਨਾਲ ਜੁੜੇ ਹੋਏ ਨੇ ਪਰ ਕਿਉਂਕਿ ਇਹ ਇੱਕ ਆਗੇ ਸੀ ਗੱਲ ਵੀ ਜਿਹੜੇ ਇਹ ਕੰਮ ਨੇ ਜਾਂ ਗੀਤ ਨੇ ਲੋਕ ਗੀਤ ਨੇ ਗਿੱਧੇ ਨੇ ਅਸ਼ਦ ਅਨਪੜ ਲੋਕਾਂ ਦਾ ਕੰਮ ਹੈ ਹਾਂ ਪਰ ਮੈਂ ਇਸ ਦੇ ਵਿੱਚ ਇੰਨੀ ਵਧੀਆ ਆਪਣੇ ਆਪ ਨੂੰ ਕਾਮਯਾਬ ਸਮਝਿਆ ਅਗਲੇ ਸਾਲ ਮੈਂ ਸਾਡੇ ਘਰ ਦੇ ਪਿੱਛੇ 15 ਸੈਕਟਰ ਡੀਏਵੀ ਸਕੂਲ ਸੀ ਉਹਦੇ ਵਿੱਚ ਤੀਆਂ ਲਾਈਆਂ ਉਹਦੀਆਂ ਫੋਟੋਗ੍ਰਾਫਸ ਮੇਰੇ ਕੋਲ ਹੈਗੀਆਂ ਨੇ ਉਹਦੀ ਇੰਨੀ ਕਵਰੇਜ ਆਈ ਉਹਦੇ ਯੋਗ ਜੋਏ ਜੀ ਸੀਗੇ ਫੋਟੋਗ੍ਰਾਫੀ ਕਰਦੇ ਹਾਂ ਇੰਗਲਿਸ਼ ਡਰ ਵੀ ਹੁੰਨੇ ਹਾਂਜੀ ਹਾਂ ਉਹਨਾਂ ਨੇ ਮੈਨੂੰ ਅਣ ਕੇ ਕਿਹਾ ਇਹ ਆਪਕੋ ਇਤਨੀ ਯਾਦ ਕਿਵੇਂ ਰਹਿ ਜਾਂਦੀ ਹੈ ਇਤਨੇ ਗੀ ਮੈਂ ਕਿਹ ਪੰਗਾ ਲਿਆ ਹੀ ਮੈਂ ਮੈਨੇ ਹੀ ਇਹ ਸ਼ੁਰੂ ਕੀਤਾ ਤਾਂ ਮੇਰੇ ਕੋਈ ਕਰਨਾ ਪੜੇਗਾ ਨਾ ਹੂੰ ਤਾਂ ਫਿਰ ਮੈਂ ਪਿੰਗ ਵੀ ਛੁੱਟੀ ਉੱਥੇ ਹੂੰ ਮੈਂ ਬਹੁਤ ਵੱਡੀ ਪਿੰਗ ਚੜਾਉਣ ਚ ਵੀ ਮੇਰੀ ਪਿੰਡ ਸਚੰਡੀ ਹੁੰਦੀ ਸੀ ਉੱਥੇ ਵੀ ਮੈਂ ਪਿੰਗ ਚੜਾ ਕੇ ਦਿਖਾਈ ਉੱਥੇ 20 25 ਔਰਤਾਂ ਦਾ ਇਕੱਠ ਹੋ ਗਿਆ ਤੇ ਮੈਂ ਸ਼ਾਮ ਨੂੰ ਉਹਨਾਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਇਹ ਮੈਂ ਆਪਣੇ ਘਰੋਂ ਆਪਣੇ ਸਿਰ ਤੇ ਆਪਣੇ ਬਲਬੂਤੇ ਕੀਤਾ ਹੂੰ ਜਦੋਂ ਪ੍ਰੈਸ ਦਾ ਜਿਵੇਂ ਦੱਸਾਂ ਕਮਲ ਜੀ ਇੰਨਾ ਵਧੀਆ ਪੋਜ਼ਿਟਿਵ ਰੋਲ ਹੈ ਨਾ ਹੂੰ ਜੇ ਉਹ ਕਿਸੇ ਚੰਗੀ ਗੱਲ ਨੂੰ ਹਾਈਲਾਈਟ ਕਰਦੇ ਨੇ ਨਾ ਤੇ ਉਹ ਦੁਨੀਆ ਤੇ ਆ ਜਾਂਦੀ ਹੈ ਮੈਂ ਉਹ ਬੂਟਾ ਜਿਹੜਾ ਲਾਇਆ ਸੀ ਮੈਨੂੰ ਅੱਜ ਵੀ ਮਾਣ ਹੈ ਉਹਦਾ ਸੇਰਾ ਪ੍ਰੈਸ ਨੂੰ ਜਾਂਦਾ ਸਾਰੇ ਦਾ ਸਾਰਾ ਹੂੰ ਤਿੰਨ ਸਾਲ ਬਿੱਦੀ ਜੀ ਸੀ ਅ ਅਜੀਤ ਅਖਬਾਰ ਦੇ ਯੁੱਗ ਜੋ ਹੈ ਜੀ ਸੀ ਤਿੰਨ ਸਾਲ ਮੇਰੀਆਂ ਨੱਚਦੀਆਂ ਮੇਰੀ ਮਹਿੰਦੀ ਲੱਗੀ ਦੀਆਂ ਉਹੀ ਫੋਟੋਆਂ ਅਖਬਾਰਾਂ ਚ ਲੱਗਦੀਆਂ ਰਹੀਆਂ ਹੈ ਨਾ ਉਹਦਾ ਰਿਜ਼ਲਟ net result ਇਹ ਆਇਆ ਅਗਲੇ ਸਾਲ ਸਾਨੂੰ ਨਾਰਥ ਜ਼ੋਨ ਕਲਚਰਲ ਸੈਂਟਰ ਨੇ ਤੇ ਕਲਚਰਲ ਅਫੇਅਰ ਪੰਜਾਬ ਨੇ ਕਿਹਾ ਵੀ ਇਹ ਤੁਸੀਂ ਤੀਆਂ ਜੀ ਸਾਡੇ ਵੱਲੋਂ ਲਾਓ ਮੈਨੂੰ ਕਹੀਆ अच्छा ਸਾਡੀ ਕੋਲਾਬੋਰੇਸ਼ਨ ਦਾ ਇਹ ਫਿਰ ਰੌ ਗਾਰਡਨ ਦੇ ਵਿੱਚ ਉਹ 387 ਵਿੱਚ ਲੱਗੀਆਂ ਜਿਹੜੀਆਂ ਪਿੰਘਾਂ ਦਾ ਏਰੀਆ ਉਦੋਂ ਡਵੈਲਪ ਹੋਇਆ ਉਦੋਂ ਨੇਕ ਚੰਦ ਜੀ ਜੀ ਹਾਂਜੀ 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 ਤੇ ਉੱਥੇ ਜਾ ਕੇ ਮੈਂ ਉਹਨਾਂ ਨੂੰ ਦੱਸ ਕੇ ਪਿੰਘਾਂ ਪੁਆਈਆਂ ਉਹਨਾਂ ਦਾ ਕਨਸੈਪਟ ਸੀ ਝੂਲੇ ਚਾਰ ਲੜੀਆਂ ਬਾਰੇ ਪਰ ਨਹੀਂ ਇਹ ਮੈਂ ਕਹਿੰਦਾ ਨਹੀਂ ਇਹ ਦੋ ਲੜੀਆਂ ਵਾਲੀ ਹੁੰਦੀ ਏਦਾਂ ਪਿੰਘ ਝੁੱਟੀ ਜਾਂਦੀ ਫਿਰ ਬਹੁਤ ਹੱਸਦੇ ਰਹੇ ਮੈਨੂੰ ਕਹਿੰਦੇ ਇਹੋ ਜਿਹਾ ਕੁਛ ਸਾਨੂੰ ਆਈਡੀਆ ਦੇ ਜਿਆ ਕਰੋ ਸੈਟਰਡੇ ਆਜਿਆ ਕਰੋ ਤੇ ਤੁਹਾਨੂੰ ਫਿਰ ਨਾ ਪਕੌੜਿਆਂ ਨਾਲ ਚਾਹ ਪਿਲਾਇਆ ਕਰਾਂਗਾ ਮੈਂ ਆਪਣੀ ਜੀ ਸੋ ਉਹ ਜਿਹੜੀਆਂ ਪਿੰਗਾ ਸੀ ਪਈਆਂ ਤੇ ਉਹ ਖੀਰ ਪੂੜਿਆਂ ਦਾ ਉੱਥੇ ਅਸੀਂ ਲੰਗਰ ਲਾਇਆ ਹਾਂ ਇਹ ਆ ਵੀ ਨਰੋਲ ਉਹ ਔਰਤਾਂ ਦਾ ਸੀਗਾ ਔਰਤਾਂ ਦਾ ਤਿਉਹਾਰ ਕਰਕੇ ਮੈਂ ਬਣਾਇਆ ਜਿਵੇਂ ਅਸੀਂ ਪਿੰਡਾਂ 'ਚ ਦੇਖਦੇ ਸੀ ਆਦਮੀ ਨੇੜੇ ਨਹੀਂ ਕੋਈ ਆਇਆ ਸੀ ਆਦਮੀਆਂ ਦੇ ਲਈ ਵੱਖਰਾ ਇੱਕ ਅਖਾੜਾ ਲਾ ਦਿੱਤਾ ਕਿਉਂਕਿ ਹਰ ਔਰਤ ਨਾਲ ਕੋਈ ਨਾ ਕੋਈ ਆਦਮੀ ਗੱਡੀ ਡਰਾਈਵ ਕਰਕੇ ਜਾਂ ਉਹਦਾ ਹਸਬੰਡ ਜਾਂ ਭਰਾ ਜਾਂ ਕੋਈ ਨਾ ਕੋਈ ਆਉਂਦੇ ਸੀ ਫਿਰ ਉਹਨਾਂ ਦੀ ਮੈਂ ਸੋਚਿਆ ਐਂਟਰਟੇਨਮੈਂਟਲ ਵੀ ਕੁਝ ਹੋਣਾ ਚਾਹੀਦਾ ਉਹਦੇ ਲਈ ਅਸੀਂ ਅਖਾੜਾ ਵੱਖਰਾ ਲਵਾਤਾ ਜਿੱਦੇ ਵਿੱਚ ਮੇਰੀ ਬੇਟੀ ਨੇ ਵੀ ਗਾਇਆ ਹੋਰ ਕੁਝ ਅਸੀਂ ਸਿੰਗਰ ਬੁਲਾ ਲਏ ਸੀ ਉਹਨਾਂ ਨੇ ਗਾਇਆ ਲੋਕ ਗੀਤ ਗਾਏ ਜੀ ਉਹ ਵੱਖਰਾ ਸੀ ਪਰ ਉਹ ਇੰਨਾ ਕਾਮਯਾਬ ਪ੍ਰੋਗਰਾਮ ਰਿਹਾ ਬਹੁਤ ਹੀ ਵਧੀਆ ਰਿਹਾ ਤੇ ਉਸ ਤੋਂ ਬਾਅਦ ਸਾਰੀ ਦੁਨੀਆ ਚ ਧੀਆਂ ਲੱਗਣ ਲੱਗ ਗਈਆਂ ਤਿੰਨ ਰੋਲੇ ਔਰਤਾਂ ਦਾ ਤਿਉਹਾਰ ਬਣ ਗਿਆ ਉਸ ਤੋਂ ਪਹਿਲਾਂ ਜਿਹੜਾ ਪੰਜਾਬ ਦੇ ਵਿੱਚ ਹਾਲਾਤ ਸੀ ਇੰਨੇ ਉਦਾਸੀ ਵਾਲੇ ਸੀਗੇ ਖੜਕੂਵਾਦ ਦੇ ਦਿਨਾਂ ਵਿੱਚ ਵੀ ਇਹੋ ਜਿਹਾ ਪ੍ਰੋਗਰਾਮ ਸੋਚੇ ਨਹੀਂ ਸੀ ਜਸਤ। ਉਹਦਾ ਫਿਰ ਇੱਕ ਉਚੇਚ ਵੀ ਕੀਤਾ ਗਿਆ। ਕਿਉਂਕਿ ਉਹ ਵੀ ਉਸ ਜਦੋਂ ਮਾਹੌਲ ਚੋਂ ਨਿਕਲੇ ਸੀ ਵੀ ਪੰਜਾਬੀਆਂ ਉਸ ਸੰਕਟ ਚ ਜਿਹੜਾ ਇੱਕ ਮਾਨਸਿਕ ਤਣਾਅ ਚੋਂ ਕੱਢਣਾ ਬਿਲਕੁਲ ਸੱਭਿਆਚਾਰ ਨੂੰ ਪ੍ਰਮੋਟ ਕੀਤਾ ਗਿਆ ਉਹ ਹਾਂ ਤੇ ਉਹ ਬਾਈ ਚਾਂਸ ਕੋਈ ਕੁਦਰਤ ਨੇ ਹੀ ਟੋਟ ਹੁੰਦੀ ਨਾ ਕਈ ਵਾਰ ਕਈ ਵਾਰ ਕੁਦਰਤ ਸ ਮੌਕਾ ਮੇਲ ਪੈਦਾ ਕਰਦੀ ਹੈ। ਉਹਦੇ ਵਿੱਚ ਅਸੀਂ ਮੈਂ ਡਾਕਟਰ ਰੇਸ ਸਾਹਿਬ ਦੀ ਵਾਈਫ ਨੂੰ ਜਿਹੜੀ ਆਪਣੇ ਗਵਰਨਰ ਦੀ ਵਾਈਫ ਸੀ ਉਹਨੂੰ ਐਸ ਜੀ ਗੈਸਟ ਬੁਲਾਇਆ ਤੇ ਉਹ ਸਾਰੇ ਇਸ ਗੱਲ ਨੂੰ ਐਪਰੀਸ਼ੀਏਟ ਕਰਦੇ ਸੀ ਸਾਰਿਆਂ ਨੇ ਹੀ। ਸਾਰਾ ਹੀ ਜਿਹੜਾ ਪੰਜਾਬ ਦਾ ਸੀਗਾ ਹਾਇਰ ਲੈਵਲ ਦੇ ਲੋਕ ਸੀ ਪੁਲਿਸ ਡਿਪਾਰਟਮੈਂਟ ਸਾਰੇ ਸੀ ਇਹ ਚਾਹੁੰਦੇ ਸੀ ਕਿ ਜਿਹੜਾ ਪੰਜਾਬ ਦਾ ਮਾਹੌਲ ਹੈ ਉਹਨੂੰ ਉਦਾਸੀ ਜੋ ਕੱਢਿਆ ਜਾਵੇ ਉਹ ਇਸ ਪਾਸੇ ਹੋਵੇ ਸੋ ਉਹ ਮੇਰੀਆਂ ਤੀਆਂ ਸੀ ਜਿਹੜੀਆਂ ਉਸ ਪਾਸੇ ਇੱਕ ਕਦਮ ਸੀ ਇੱਕ ਤਾ ਆਪਣੇ ਫਿਰ ਮੈਨੂੰ ਲੱਗਦਾ ਆਪਣੇ ਕੋ ਗੱਲਾਂ ਬਹੁਤ ਜ਼ਿਆਦਾ ਨੇ ਵਿਚਨਾ ਰਹਿ ਜਾਣ ਇੱਕ ਜਦੋਂ ਹੁਣ ਤੁਸੀਂ ਜਜਮੈਂਟ ਤੇ ਜਾਂਦੇ ਹੋ ਜਦੋਂ ਬੱਚਿਆਂ ਨੂੰ ਤੁਸੀਂ ਕਈ ਵਾਰੀ ਸਵਾਲ ਪੁੱਛਦੇ ਹੋ ਉਹ ਜਿਹੜੇ ਅੱਜ ਦੇ ਬੱਚੇ ਜਿਨ੍ਹਾਂ ਨੇ ਉਹ ਚੀਜ਼ਾਂ ਨਹੀਂ ਦੇਖੀਆਂ ਚੀਜ਼ਾਂ ਜਿਵੇਂ ਮੰਨ ਲਓ ਤੁਸੀਂ ਪੁੱਛ ਲੈਣਾ ਸਗੀ ਫੁੱਲ ਕੀ ਹੁੰਦਾ ਹੈ ਨਾ ਇਦਾਂ ਦੇ ਕਈ ਸਵਾਲ ਹੁੰਦੇ ਬੱਚਿਆਂ ਨੂੰ ਜਿਹੜੀ ਚੀਜ਼ ਬੱਚਿਆਂ ਨੇ ਦੇਖੀ ਨਹੀਂ ਉਹਨਾਂ ਨੂੰ ਨਹੀਂ ਪਤਾ ਹੁੰਦੀ ਫਿਰ ਉਹ ਮਤਲਬ ਕਿ ਉਹ ਚੀਜ਼ ਬੱਚਿਆਂ ਦਾ ਕਸੂਰ ਹੈ ਕੀ ਕਹੀਏ ਆਪਾਂ ਹਾਂਜੀ ਬਿਲਕੁਲ ਤੁਹਾਡੀ ਗੱਲ ਠੀਕ ਹੈ ਜਦੋਂ ਵੀ ਮੈਂ ਇਹ ਜਜਮੈਂਟ ਤੇ ਜਾਣੀ ਆ ਕਿਸੇ ਵੀ ਕਾਲਜ ਦੇ ਵਿੱਚ ਜਾਂ ਯੂਨੀਵਰਸਿਟੀ ਦੇ ਵਿੱਚ ਜਾਂ 7-8 ਕਾਲਜ ਆ 10 ਜ਼ੋਨਲ ਲੈਵਲ ਤੇ ਕਾਲਜ ਹੁੰਦੇ ਨੇ ਉਹਨਾਂ ਸਾਰਿਆਂ ਨੂੰ ਸਟੇਜ ਤੇ ਖੜ ਕੇ ਇਹ ਕਹਿਨੀ ਆ ਕਿ ਇੰਨਾ ਬੱਚਿਆਂ ਦਾ ਨੇ ਜਿਹੜਾ ਪੰਜਾਬ ਦਾ ਕਲਚਰ ਸਟੇਜ ਤੇ ਦਿਖਾਉਣਾ ਹੈ ਉਹ ਇਹਨਾਂ ਨੇ ਕਦੀ ਦੇਖਿਆ ਨਹੀਂ ਪਰ ਇਹਨਾਂ ਨੂੰ ਇਹ ਕਸੂਰ ਇਹਨਾਂ ਦਾ ਨਹੀਂ ਹੈਗਾ ਜੋ ਪੰਜਾਬੀ ਦੇ ਅਧਿਆਪਕ ਨੇ ਜੋ ਇਹਨਾਂ ਨੂੰ ਕੋਚਿੰਗ ਦਿੰਦੇ ਨੇ ਕੋਚ ਨੇ ਉਹਨਾਂ ਨੂੰ ਇਹਨਾਂ ਬੋਲੀਆਂ ਦੇ मीनिंग ਹੋਣੇ ਚਾਹੀਦੇ ਨੇ ਇਹਨਾਂ ਬੋਲੀਆਂ ਦੇ ਵਿੱਚ ਵਰਤੋਂ ਵਿੱਚ ਆਉਣ ਵਾਲੀਆਂ ਭਾਵੇਂ ਉਹ ਕਿੱਤੇ ਨੇ ਉਹਨਾਂ ਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਜਿਵੇਂ ਹਲ ਦੇ ਨਾਲ ਸੰਬੰਧਿਤ ਚੀਜ਼ਾਂ ਨੇ ਹਨਾ ਤੇ ਉਹ ਜਿਹੜੇ ਸੀ ਬੱਚਿਆਂ ਨੂੰ ਸ਼ਹਿਰੀਕਰਨ ਹੋ ਗਿਆ ਜਾਂ ਪਿੰਡਾਂ 'ਚ ਵੀ ਹੁਣ ਸਮਝੋ ਸ਼ਹਿਰੀ ਕਰਨੀ ਹੈ ਉਹਨਾਂ ਬੱਚਿਆਂ ਨੇ ਕਦੀ ਖੇਤਾਂ 'ਚ ਨਹੀਂ ਜਾ ਕੇ ਵੇਖਿਆ ਹੁੰਦਾ ਉਹਨਾਂ ਫਸਲਾਂ ਦਾ ਨਹੀਂ ਪਤਾ ਹਾੜੀਆਂ ਸੋਣੀਆਂ ਦਾ ਨਹੀਂ ਪਤਾ ਸੋ ਇਹ ਤੁਸੀਂ ਸਾਰੀਆਂ ਗੱਲਾਂ ਆਪਣੇ ਉੱਥੇ ਭਾਵੇਂ 5 ਮਿੰਟ 10 ਵਿੱਚ ਆਪਣਾ ਲਾ ਕੇ ਰੋਜ਼ ਦਾ ਰੋਜ਼ ਦੱਸਿਆ ਕਰੋ ਤਾਂ ਕਿ ਉਹਨਾਂ ਨੂੰ ਇਹ ਇਤਿਹਾਸ ਪੜਾਇਆ ਜਾਂਦਾ ਸਭ ਵਿਚਾਰ ਵੀ ਮਨ ਰਿਹਾ ਖਿਆਲ ਹੈ ਸਿਲੇਬਸ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਕਿ ਜੇ ਅਸੀਂ ਇਤਿਹਾਸ ਪੜ੍ਹ ਰਹੇ ਹਾਂ ਆਪਣੇ ਨਾਲ ਤੇ ਉਹਦੇ ਚ ਇਹ ਚੀਜ਼ਾਂ ਵੀ ਸ਼ਾਮਲ ਹੋਣੀਆਂ ਚਾਹੀਦੀਆਂ ਨੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਤੇ ਇਦਾਂ ਹੀ ਮੈਂ ਇੱਕ ਬੜੀ ਦਿਲਚਸਪ ਜੀ ਗੱਲ ਹੈ ਵੈਸੇ ਕਿ ਜਦੋਂ ਤੁਸੀਂ ਕਹਿੰਦੇ ਵੀ ਅਸੀਂ ਗਿੱਧੇ ਦੀ ਪੜ ਤੇ ਜਦੋਂ ਤੁਸੀਂ ਬੋਲੀਆਂ ਪਾਉਂਦੇ ਹੋ ਖਾਸ ਤੌਰ ਤੇ ਜਦੋਂ ਤੁਸੀਂ ਪਿੰਡ ਦੀ ਗੱਲ ਕਰਦੇ ਹਾਂ ਹਾਂਜੀ ਹਾਂਜੀ ਉਹਨੋਂ ਇੱਕ ਸਮਾਂ ਵਿੱਚ ਸੀ ਕਿ ਜਿਹੜੀਆਂ ਔਰਤਾਂ ਬੋਲੀ ਪਾਉਂਦੀਆਂ ਸੀ ਵੀ ਕੰਨਾਂ ਨੂੰ ਹੱਥ ਦੇਣੇ ਪੈ ਜਾਂਦੇ ਸੀਗੇ ਤੇ ਜਿਹੜੇ ਨਿਆਣੇ ਸੀ ਉਹਨਾਂ ਨੂੰ ਭਜਾ ਦਿੱਤਾ ਜਾਂਦਾ ਸੀ ਕੱਲੀਆ ਔਰਤਾਂ ਬੋਲੀ ਪਾਉਂਦੀਆਂ ਸੀ ਤੁਸੀਂ ਕਦੇ ਮਲਕੇ ਹੈ ਤਾਂ ਉਹ ਵੀ ਹੁਣ ਕਲਚਰ ਦਾ ਹਿੱਸਾ ਸੀ ਉਹ ਹੈ ਗਿਆ ਸੀ ਪਰ ਪਰ ਕੀ ਤੁਹਾਨੂੰ ਲੱਗਦਾ ਕਿ ਉਹ ਚੀਜ਼ ਹੋਣੀ ਚਾਹੀਦੀ ਸੀ ਜਾਂ ਨਹੀਂ ਹੋਣੀ ਚਾਹੀਦੀ ਸੀ ਤੁਸੀਂ ਉਹਦੇ ਬਾਰੇ ਕੀ ਦੱਸੋਗੇ ਐਗਜੈਕਟਲੀ ਬਹੁਤ ਅੱਛੀ ਇੰਟਰਸਟਿੰਗ ਗੱਲ ਹੈ ਧੰਨਵਾਦ ਦੱਸਣ ਲਈਆਂ ਅ ਪਹਿਲਾਂ ਤਾਂ ਜਦੋਂ ਵਿਆਹਾਂ ਦਾ ਜਿਸ ਤਰ੍ਹਾਂ ਮੈਂ ਗੱਲ ਕੀਤੀ ਸੰਦਰਭ ਬਦਲ ਗਿਆ ਜਦੋਂ ਬਰਾਤ ਚਲੀ ਜਾਂਦੀ ਸੀ ਉਦੋਂ ਪਿੱਛੋਂ ਕਿੱਦਾਂ ਪੈਂਦਾ ਸੀ ਰਾਤ देर तक ਕਿੱਦਾਂ ਪੈਂਦਾ ਰਹਿੰਦਾ ਸੀ ਉਹਦੇ 'ਚ ਹਰ ਤਰ੍ਹਾਂ ਦੀਆਂ ਬੋਲੀਆਂ ਹੁੰਦੀਆਂ ਸੀ ਪਹਿਲਾਂ ਛਗਣਾ ਦੀਆਂ ਇਸ ਤਰ੍ਹਾਂ ਕਰਕੇ ਫਿਰ ਕਲਾਈਮੈਕਸ ਆ ਜਾਂਦਾ ਸੀ ਤਮਾਸ਼ੇ ਆ ਜਾਂਦੇ ਸੀ ਉਦੋਂ ਉਹ ਬੋਲੀਆਂ ਜਿਹੜੀਆਂ ਸੀ ਕਈ ਇਹੋ ਜਿਹੀਆਂ ਸੀ ਜਿਹੜੀਆਂ ਜਵਾਨ ਹੋ ਰਹੀਆਂ ਕੁੜੀਆਂ ਦੇ ਸੁਣਵਾਲੀਆਂ ਨਹੀਂ ਸੀ ਹੁੰਦੀਆਂ ਬੱਚਾ ਦੇ ਸੁਣਵਾਲੀਆਂ ਨਹੀਂ ਸੀ ਹੁੰਦੀਆਂ ਇਹੋ ਜਿਹੀਆਂ ਬੋਲੀਆਂ ਵੀ ਉਹ ਪਾਉਂਦੀਆਂ ਸੀ ਹੈ ਤਾਂ ਉਹ ਉਹਨਾਂ ਦਾ ਅਸਲ ਚਾ ਕੱਢਣਾ ਤਾਂ ਆਪਣੇ ਗੁਬਾਰ ਗੁਬਾਰੀ ਹੁੰਦਾ ਸੀ ਨਾ ਹਾਂ ਹਾਂ ਤੇ ਇਸੇ ਤਰ੍ਹਾਂ ਦੀ ਬੋਲੀ ਇੱਕ ਮੈਂ ਫਰੇਜ਼ਨੋਂ ਪਾਈ ਚਲੋ ਹੁਣ ਮੈਂ ਇੱਥੇ ਕਿਉਂਕਿ ਅਸੀਂ ਇੰਨੇ ਕ ਐਡਵਾਂਸ ਹੋ ਗਏ ਆ ਕਲਚਰ ਦਾ ਹਿੱਸਾ ਹੀ ਨੇ ਤੇ ਉਹ ਵੀ ਮੈਂ ਬੋਲੀ ਇੱਥੇ ਗਾ ਕੇ ਤੁਹਾਨੂੰ ਸੁਣਾਵਾਂਗੀ ਤੇ ਉੱਥੇ ਇੱਕ ਲੜਕੀ ਬੜੀ ਪੜੀ ਲਿਖੀ ਸੀ ਉਹ ਫਿਰ ਸਟੇਜ ਤੇ ਆਈ ਤੇ ਉਹਨੇ ਬੜਾ ਕਹਿੰਦਾ ਇਸ ਬੋਲੀ ਤੋਂ ਲੱਗਦਾ ਹੈ ਕਿ ਜਿਹੜਾ ਇਹ ਗਿੱਧਾ ਆ ਤਿੰਨਾਂ ਨੇ ਇਹ ਨਰੋਲ ਔਰਤਾਂ ਦਾ ਫੈਸਟੀਵਲ ਹੈ ਐਸ ਬੋਲੀ ਤੋਂ ਲੱਗਦਾ ਹੈ ਹਾਂਜੀ ਤੇ ਹੁਣ ਮੈਂ ਤੁਹਾਨੂੰ ਬੋਲੀ ਤੁਹਾਡੇ ਨਜ਼ਰ ਕਰਾਂਗੀ ਮਾਫ ਕਰਨਾ ਜੇ ਕਿਸੇ ਨੂੰ ਸੀ ਉੱਚਾ ਜਾ ਚ ਵਾਰਾ ਹੋਵੇ ਜਗ ਤੋ ਨੇ ਆ ਰਹੇ ਹੋਵੇ ਉੱਚਾ ਜਾ ਚ ਵਾਰਾ ਹੋਵੇ ਜਗ ਤੋ ਨੇ ਆ ਰਹੋ ਉੱਥੇ ਮੰਜਾ ਡਾਇਆ ਹੋਵੇ ਪਤਲਾ ਜਮਾਹੀ ਹੋਵੇ ਹਿੱਕ ਨਾਲ ਲਾਇਆ ਹੋ ਪਤਲਾ ਜਮਾਹੀ ਹੋਵੇ ਹਿੱਕ ਨਾਲ ਲਾਇਆ ਹੋਵੇ ਕਹਿੰਦਾ ਵੀ ਇਹ ਹਾ ਭਾਭ ਜਿਹੜੇ ਔਰਤਾਂ ਦੇ ਸੀ ਇਹ ਔਰਤਾਂ ਗਿੱਧੇ ਤੇ ਪਿਰ ਦੇ ਵਿੱਚ ਨਰੋਲ ਇੱਕੋ ਜਿਹਾ ਲੱਗਦਾ ਕਿ ਸ਼ਾਇਦ ਲੋਕਾਂ ਨੂੰ ਬੁਰਾ ਲੱਗਣਾ ਪਰ ਜਿਹੜਾ ਅੱਜ ਅਸੀਂ ਗੀਤਾਂ ਰਾਹੀਂ ਜਿੰਨਾ ਦਿਖਾ ਰਹੇ ਹਾਂ ਪਿੰਨਾ ਮਲਕੇ ਦਿਖਾਵਾ ਜ਼ਿਆਦਾ ਸਗੋ ਦੀ ਜਿਹੜੀ ਵੀਡੀਓ ਉਹਦੇ ਵਿੱਚ ਜਿੰਨਾ ਗੰਧ ਸਾਨੂੰ ਬਚਾ ਪਰ ਸਰਵਰ ਗਿਆ ਡਿਪਲੋਮਸ ਪ੍ਰੋਸੀਜਰੀ ਹੈ ਉਹ ਤਾਂ ਦੇਖਣ ਲਾਇ ਨਹੀਂ ਸਾਡੇ ਹੁਣ ਪ੍ਰੋਗਰਾਮ ਦਾ ਸਮਾਂ ਬਿਲਕੁਲ ਸਮਾਪਤ ਹੋ ਗਿਆ ਜਾਂਦੇ ਜਾਂਦੇ ਜੇ ਤੁਸੀਂ ਕੋਈ ਚਾਹ ਲੈਣਾ ਦਾ ਗਾ ਕੇ ਕੁਝ ਸੁਣਾ ਦਿਓ ਵਧੀਆ ਜੀ ਅੱਛਾ ਜੀ ਕਿ ਤੀਆਂ ਤੀਆਂ ਵੀ ਨੇੜੇ-ਟੜੇ ਸਭ ਮੌਸਮ ਨੂੰ ਹੁਦਾਂਦਾ ਤਜਰਬਾ ਹੁਣੇ ਹੁਣੇ ਮੈਨੂੰ ਆਨਰ ਕੀਤਾ ਦੋ ਜਗ੍ਹਾ ਤੇ ਤੀਆਂ ਚ ਇੱਕ ਪੰਜਾਬ ਗਵਰਨਮੈਂਟ ਵੱਲੋਂ ਤੇ ਇੱਕ ਯੂਨੀਵਰਸਲ ਆਰਟ ਐਂਡ ਕਲਚਰ ਸੁਸਾਇਟੀ ਉਹਨਾਂ ਨੇ ਕੁੜੇ ਦਿਨ ਪਹਿਲਾਂ ਹੀ ਸੋ ਉੱਥੇ ਮੈਂ ਕੁਝ ਬੋਲੀਆਂ ਵਗਾ ਕੇ ਸੁਨਾਈਆਂ ਕੁਝ ਬਾਕੀ ਦਸੀਆਂ ਹਾਂ ਤੇ ਤਰਤੀ ਨੱਚੇ ਅੰਬਰ ਨੱਚੇ ਤਰਤੀ ਨੱਚੇ ਅੰਬਰ ਨੱਚੇ ਕੇਰਾਲਾ ਕਹਿਲਾਵੇ ਨੱਚਦੀ ਬੋਲਣ ਦਾ ਲੌਂਗ ਬੋਲੀਆਂ ਪਾਵੇ ਨੱਚਦੀ ਮਿਲਣ ਦਾ ਲੌਂਗ ਬੋਲੀਆਂ ਪਾਵੇ ਨੱਚਦੀ ਮਿਲਣ ਦਾ ਇੱਕ ਬੋਲੀ ਹੋਰ ਦੀਆਂ ਨਾਲ ਸੰਬੰਧਤ ਜੀ ਜਾ ਕੁੜੀਏ ਤੂੰ ਪਤਾ ਤੋੜ ਲਿਆ ਜਾ ਕੁੜੀਏ ਤੂੰ ਪਤਾ ਤੋੜ ਲਿਆ ਟਾਣੀ ਨੂੰ ਹੱਥ ਪਾ ਕੇ ਨਹੀਂ ਟਾਣੀ ਤਾਂ ਤੇਰੇ ਹੱਥ ਵਿੱਚ ਰਹਿ ਗਈ ਟਾਣੀ ਤਾਂ ਤੇਰੇ ਹੱਥ ਵਿੱਚ ਰਹਿ ਗਈ ਬੈ ਗਈ ਟੰਗ ਤੜਵਾ ਕੇ ਨਹੀਂ ਮਾਪਿਆਂ ਤੇਰਿਆਂ ਨੂੰ ਖਬਰਾਂ ਹੋ ਗਈਆਂ ਮਾਪਿਆਂ ਤੇਰਿਆਂ ਨੂੰ ਖਬਰਾਂ ਹੋ ਗਈਆਂ ਲੈ ਕੇ ਗੱਡੀ ਵਿੱਚ ਪਾ ਕੇ ਨੱਚ ਗੁਰਨਾਮੁ ਕਰੇ ਝਾਂਜਰ ਨੂੰ ਛਣਕਾ ਕੇ ਨੱਚ ਗੁਰਨਾਮੁ ਕਰੇ ਝਾਂਜਰ ਨੂੰ ਛਣਕਾ ਕੇ ਨੱਚ ਗੁਰਨਾਮੁ ਕਰੇ ਬਹੁਤ ਬਹੁਤ ਖੂਬ ਮਜ਼ਾ ਆ ਗਿਆ ਤੁੰਨਾ ਗੱਲ ਕਰਕੇ ਹਲੇ ਵੀ ਲੱਗਦਾ ਸਾਡੀਆਂ ਗੱਲਾਂ ਥੋੜੀਆਂ ਜਿਹੀਆਂ ਕੱਢ ਰਹੀਆਂ ਪਰ ਸਮੇਂ ਦੀ ਮਜਬੂਰੀ ਹੁੰਦੀ ਹੈ ਸਾਨੂੰ ਆ ਗੱਲ ਲੈਣੀ ਪੈਣੀ ਹੈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਅੱਛਾ ਲੱਗਿਆ ਜੀ ਤੁਹਾਡਾ